ਵੇਖ ਕੇ ਮੈਨੂੰ ਹੱਸਣਾ ਜਾਵੇ, ਵੇਖ ਕੇ ਮੈਨੂੰ ਹੱਸਣਾ ਨਾਗਨ ਵਾਂਗੂ ਡਾਸ ਨਾ ਜਾਵੇ। ਹਾਏ 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 ਹਾਏ, ਪਰ ਥੋੜਾ ਹੀ ਅੱਖ ਮਟਕਾ ਚੰਗਾ, ਪੂਰੀ ਪੂਰੀ ਫਸ ਨਾ ਜਾ। ਪਰ ਦਿਲ ਦੇ ਬੂਹੇ ਕੁੜੀਆਂ ਲਈ ਨੇ, ਇੱਕ ਇੱਕ ਕਰਕੇ ਆਈ ਜਾਓ ਕਿ ਹਾਲ ਅਬ ਕਹਾਂ ਖੁਲਤਾ ਹਾਲੇ ਦਿਲ ਸੁਣਾਨੇ ਸੇ। ਹਾਲ ਅਬ ਕਹਾਂ ਖੁਲਤਾ ਹਾਲੇ ਦਿਲ ਸੁਣਾਨੇ ਸੇ, ਤੂੰ ਮਗਰ ਇਜਾਜ਼ਤ ਤੋਂ ਛੇਲੂ ਬਹਾਨੇ ਸੇ। ਮੇਰੇ ਕੋਲੋਂ ਦੀ ਲੰਘ ਗਏ ਹੋ, ਇਨਕਾ ਆਪਣੀ ਜਗ੍ਹਾ ਸੇ, ਇਹਨਾਂ ਕੋ ਪਤਾ ਕਰ ਸਾਥ ਇਸ ਤਰ੍ਹਾਂ ਦਾ ਹੈ। ਵੈਸੇ ਜਾਨੀ ਭਾਈ ਨੂੰ ਵੀ ਡੈਡੀਕੇਟ ਹੋ ਸਕਦਾ ਜੀ ਸਾਬੀ ਭਾਈ, ਇਸਸੇ ਪਹਿਲੇ ਕਿ ਬੇਵਫਾ ਹੋ ਜਾਏ, ਇਸਸੇ ਪਹਿਲੇ ਕਿ ਬੇਵਫਾ ਹੋ ਜਾਏ, ਆਓ ਇਹ ਦੋਸਤ ਹਮ ਦਫਾ ਹੋ ਜਾਏ। ਔਰ ਮੇਰੇ ਹੱਕ ਵਿੱਚ ਦੁਆ ਕਰੇ, ਮੇਰੇ ਹੱਕ ਵਿੱਚ ਦੁਆ ਕਰੇ, ਤਾਂ ਕਿ ਮੇਰੇ ਨਾਲ ਵਿਆਹ ਕਰੇ। ਓਏ ਉਹ ਕਰ ਰਿਹਾ ਵਾਂ ਜੋ ਇਸ਼ਾਰੇ ਮੈਂ, ਇਹਨੂੰ ਸਮਝੂ ਸਮਝੇ ਖੁਦਾ ਖੁਦਾ ਕਰੇ। ਔਰ ਚਾਰ ਕੁੜੀਆਂ ਨਾਲ ਪਿਆਰ ਹੈ, ਇਹਨੂੰ ਬੋਲੋ ਹਜ਼ਾਰ ਕਰੇ ਕੋਈ, ਪੰਜ ਸਾਲਾਂ ਚ ਪੰਜ ਹੀ ਬੱਚੇ ਨੇ, ਹੋਰ ਕਿੰਨੀ ਵਫਾ ਕਰੇ। ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਜੀ ਹਾਜ਼ਰੀਨ ਇਕਰਾਮ, ਤੁਸੀਂ ਵੇਖ ਰਹੇ ਫਰੀਦ ਸਾਬਰੀ ਨੂੰ, ਪਤਾ ਨੀ ਕਿੱਥੇ, ਯਾਨੀ ਪਤਾ ਨੀ ਕਿਹੜਾ ਚੈਨਲ ਆ, ਮੈਨੂੰ ਇਹ ਚੈਨਲ ਚੈਨਲ ਲੱਗਦਾ ਹੀ ਨਹੀਂ ਭਾਜੀ। ਬਸ ਮੈਂ ਇਹਨੂੰ ਇਹ ਸਮਝਣਾ ਵੀ ਕੁਛ ਵੀ ਤੁਹਾਡੇ ਪਿਆਰ ਲਈ ਤੁਹਾਡੇ ਨਾਲ ਇੱਕ ਕਨੈਕਸ਼ਨ ਬਣਾਇਆ ਬਸ, ਤੇ ਇੱਕ ਦੋ ਗੱਲਾਂ ਤੋਂ ਬਾਅਦ ਮੈਂ ਕੰਮ ਸ਼ੁਰੂ ਕਰਨ ਲੱਗਾ ਵਾਂ ਭਾਜੀ। ਗੱਲ ਇਹ ਹੈ ਕਿ ਜਿੰਨੇ ਵੀ ਮੌਜ਼ੂਦੀਨ ਕਰਾਮ ਨੇ, ਵੇਖਦੇ ਨੇ ਸੁਣਦੇ ਨੇ, ਉਹਨਾਂ ਸਾਰਿਆਂ ਦਾ ਬਹੁਤ ਸ਼ੁਕਰੀਆ ਯਾਰ। ਤੁਸੀਂ ਕੱਖੋਂ ਮਤਲਬ ਰੱਬ ਬਣਾਉਂਦਾ ਵਾ ਲੱਖ, ਲੇਕਿਨ ਤੁਹਾਡਾ ਲੋਕਾਂ ਦਾ ਵਸੀਲਾ ਹੁੰਦਾ, ਤੁਸੀਂ ਲੋਕ ਇੰਨਾ ਪਿਆਰ ਦਿੰਦੇ ਹੋ ਤੇ ਬੰਦਾ ਕੁਛ ਬਣ ਜਾਂਦਾ, ਤੇ ਵਿੱਚ ਕੁਛ ਗਿਲੇ ਸ਼ਿਕਵੇ ਕੁਛ ਰੰਜਿਸ਼ਾਂ ਵੀ ਹੁੰਦੀਆਂ ਤੁਹਾਡੇ ਵੱਲੋਂ ਵੀ ਹੁੰਦੀਆਂ। ਤੁਸੀਂ ਕਹਿੰਦੇ ਹੋ ਕਿ ਯਾਰ ਐਸੇ ਬੈਠੋ, ਯੇ ਕਰੋ, ਵੋ ਕਰੋ, ਵਹਾਂ ਕਰੋ, ਯਹਾਂ ਕਰੋ, ਇਹ ਸਾਰਾ ਕੁਛ ਤੁਹਾਡਾ ਜਿਹੜਾ ਨਾ ਉਹ ਪਿਆਰ ਸਿਰ ਮੱਥੇ 'ਤੇ ਹੈ। ਅਤੇ ਕਮੈਂਟਸ ਜਿਹੜੇ ਮੈਂ ਤੁਹਾਡੇ ਬੜੇ ਸ਼ੌਕ ਨਾਲ ਪੜ੍ਹਨਾ ਹੁੰਦਾ ਸਰ, ਕਮੈਂਟਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਮੁਹੱਬਤ ਵੀ ਕੀਤੀ, ਬਹੁਤ ਸਾਰੇ ਲੋਕਾਂ ਨੇ ਤਨਕੀਦ ਵੀ ਬੜੀ ਅੱਛੀ ਕੀਤੀ। ਮੈਂ ਉਹਦੇ ਤੋਂ ਵੀ ਘਬਰਾਉਂਦਾ ਨਹੀਂ ਹੈਗਾ, ਕਿਉਂਕਿ ਮੈਂ ਇਸ ਚੀਜ਼ 'ਤੇ ਇਤਕਾਦ ਰੱਖਣਾ ਵਾ ਕਿ ਵੱਧ ਤੋਂ ਇਜ਼ੂ ਮੰਦਸ਼ਾ ਵੱਧ ਤੋਂ ਜ਼ਿਲੂ ਮੰਦਸ਼ਾ, ਅੱਲਾਹ ਤਾਲਾ ਜਿਹਨੂੰ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਇੱਜ਼ਤ ਦੇਣਾ ਚਾਹੇ ਤਾਂ ਕੋਈ ਰੋਕ ਨਹੀਂ ਸਕਦਾ, ਅਤੇ ਅੱਲਾਹ ਜੇ ਜ਼ਲੀਲ ਕਰਨਾ ਚਾਹੇ ਤਾਂ ਉਹਨੂੰ ਵੀ ਕੋਈ ਬਚਾ ਨਹੀਂ ਸਕਦਾ। ਇਸ ਲਈ ਮੈਂ ਅੱਲਾਹ 'ਤੇ ਬਹੁਤ ਯਕੀਨ ਰੱਖਣਾ ਵਾਂ। ਅਤੇ ਗੱਲ ਇਹ ਹੈ ਕਿ ਯਾਰ ਥੋੜ੍ਹਾ ਜਿਹਾ ਜਿਹੜੇ ਕਮੈਂਟਸ ਕਰਨ ਵਾਲੇ ਭਰਾ ਨੇ, ਮੈਂ ਯਾਰ ਕਿਸੇ ਨੂੰ ਕੁਛ ਵੀ ਨਹੀਂ ਕਹਿੰਦਾ, ਅਤੇ ਬਸ ਇਹ ਕਿ ਯਾਰ ਮੇਰਾ ਇਸ ਕਾਵਿਸ਼ ਨੂੰ ਇਸ ਕੋਸ਼ਿਸ਼ ਨੂੰ ਕਬੂਲ ਕਰ ਲਿਆ ਕਰੋ। ਅਤੇ ਅੱਜ ਮੇਰੇ ਮਹਿਮਾਨ ਮੇਰੀ ਬੜੀ ਹੀ ਪਸੰਦੀਦਾ ਸ਼ਖਸੀਅਤ ਨੇ, ਪਸੰਦੀਦਾ ਸ਼ਖਸੀਅਤ ਇਸ ਲਈ ਨੇ ਕਿ ਭਾਈ ਜਾਨ, ਕਿਉਂਕਿ ਮੈਂ ਜਦੋਂ ਆਇਆ ਸੀ ਨਾ, ਉਸਤਾਦ ਜੀ ਨੇ ਮੈਨੂੰ ਸ਼ਾਇਰੀ ਵਾਲੇ ਸੀਨ 'ਚ ਲਿਆਉਂਦਾ ਸੀ ਕਿ ਮੈਂ ਜਦੋਂ ਆਇਆ ਸੀ ਪਹਿਲੇ ਸ਼ੋਅ 'ਚ, ਅਤੇ ਮੈਂ ਸ਼ਾਇਰੀ ਸੁਣਾਈ ਸੀ ਉਸਤਾਦ ਜੀ ਨੂੰ, ਸਜਾਦ ਜਾਨੀ ਸਾਹਿਬ, ਅਤੇ ਉਹ ਮੈਨੂੰ ਸ਼ਾਇਰੀ ਦਾ ਇੱਕ ਬੜਾ ਨਾ ਇੱਕ ਸ਼ਗਫ ਇਸ ਤਰ੍ਹਾਂ ਵਾ ਕਿ ਮੈਂ ਪੜ੍ਹਿਆ ਬੜਾ, ਮੈਂ ਮਤਲਬ ਲਾ ਲਓ ਕਿ ਆਪਣਾ ਅਹਿਮਦ ਮੁਸ਼ਤਾਕ ਸਾਹਿਬ ਨੂੰ ਪੜ੍ਹਿਆ, ਮਜੀਦ ਅਮਜਦ ਸਾਹਿਬ ਨੂੰ ਪੜ੍ਹਿਆ, ਠੀਕ ਹੈ ਜੀ, ਫਿਰ ਮੈਂ ਆਪਣਾ ਨਜ਼ਮ ਦੇ ਬਾਦਸ਼ਾਹ ਜਿਹੜੇ ਹੋਏ ਨੇ ਆਪਣਾ ਨੂਨਮੀ ਮਰਾਸ਼ਦ ਸਾਹਿਬ ਨੂੰ ਪੜ੍ਹਿਆ, ਜਿਹੜੇ ਲੋਕ ਨਹੀਂ ਵਾਕਫ ਉਹ ਪੜ੍ਹਨ 'ਤੇ ਤੁਹਾਨੂੰ ਮਜ਼ਾ ਆਏਗਾ। ਅਤੇ ਮੈਂ ਇਸ ਤਰ੍ਹਾਂ ਕਰਕੇ ਭਾਈ ਜਾਨ ਮੈਂ ਸ਼ਾਇਰੀ ਦਾ ਵੱਲ ਸੀ, ਅਤੇ ਸ਼ਾਇਰੀ ਦੀ ਮੈਂ ਪੈਰੋਡੀ ਕਾਮੇਡੀ ਕਰਦਿਆਂ ਕਰਦਿਆਂ ਇੱਧਰ ਆ ਗਿਆ, ਅਤੇ ਮੇਰਾ ਪਹਿਚਾਣ ਮੇਨ ਸ਼ਾਇਰੀ ਸੀ, ਅਤੇ ਹੁਣ ਸ਼ੋਰਾ ਕਰਾਮ ਦੇ ਨਾਲ ਜਿਹੜਾ ਮੇਰਾ ਉਹ ਖਾਸ ਮੁਹੱਬਤ, ਅਤੇ ਖਾਸ ਕੇ ਜਿਹੜੇ ਸ਼ੋਰਾ ਕਰਾਮ ਤੰਜ਼ੋ ਮਜ਼ਾਹ ਲਿਖਦੇ ਨੇ, ਔਰ ਤੰਜ਼ੋ ਮਜ਼ਾਹ ਵੀ ਜਿੱਦਤ ਦੇ ਨਾਲ ਨਾਲ ਲਿਖਦੇ ਨੇ, ਉਹਨਾਂ ਦੇ ਵਿੱਚੋਂ ਅਹਿਮਦ ਸਈਦ ਸਾਹਿਬ ਮੇਰੇ ਬੜੇ ਮੋਸਟ ਫੇਵਰੇਟ, ਮੇਰੇ ਬਹੁਤ ਹੀ ਪਿਆਰੇ, ਮੇਰੇ ਬਹੁਤ ਹੀ ਚੋਨੇ
ਗੇਮਾਂ ਵਾਲੇ ਆ ਮੇਰੇ ਦਾਦੇ ਹੈ ਅਹਿਮਦ ਸਈਦ ਸਾਹਿਬ ਮੇਰੇ ਸਾਥ ਮੌਜੂਦ ਹੈ ਜੀ ਤੋ ਇਹ ਬੜੇ ਅਸਾਤਜ਼ਾ ਮੇਂ ਇਨਕਾ ਸ਼ੁਮਾਰ ਹੁੰਦਾ ਜੀ ਮਾਸ਼ਾਅੱਲਾ ਮੇਰੇ ਬਹੁਤ ਮਤਲਬ ਕਹਿ ਲਓ ਕਿ ਬਹੁਤ ਸਾਰੇ ਲੋਕ ਅੱਛਾ ਲਿਖਣ ਵਾਲੇ ਉਹਨਾਂ ਦੇ ਵਿੱਚੋਂ ਬਹੁਤ ਅੱਛਾ ਲਿਖਣ ਵਾਲੇ ਅਹਿਮਦ ਸਈਦ ਸਾਹਿਬ ਅਸਲਾਮ ਵਾਲੇਕੁਮ ਸਰ ਬਹੁਤ ਮੁਹੱਬਤ ਵਾਲੇਕੁਮ ਸਲਾਮ ਐਸਾ ਤਾਰਫ ਜਿਹਦੇ ਵਿੱਚ ਗੁੰਗੂ ਮਾਣੇ ਔਰ ਸੋਹਣੇ ਮੇਰਾ ਪਹਿਲੀ ਦਫਾ ਆਇਆ ਇਹਦਾ ਨਾਮ ਚਾਰ ਤਾਰਾ ਹੀ ਅੱਛਾ ਤੁਹਾਨੂੰ ਯਕੀਨ ਨਹੀਂ ਪਰ ਗੁੰਗੂ ਮਾਣੇ ਤੇ ਮੈਨੂੰ ਇਹ ਯਕੀਨ ਨਹੀਂ ਸੀਗਾ ਕਿ ਇੱਦਾਂ ਜਿਹਦੇ ਨੂੰ ਗੱਲ ਚਲੇ ਜਾਏਗੀ ਕਿਉਂਕਿ ਫਰੀਦ ਸਾਹਿਬ ਬੈਠੇ ਹੋਣ ਤੇ ਕਿਸੇ ਪਾਸੇ ਵੀ ਗੱਲ ਮੁੜ ਸਕਦੀ ਤੇ ਤੁਸੀਂ ਫਰੀਦ ਸਾਹਿਬ ਨੂੰ ਮੋੜ ਦਿੱਤਾ ਲੇਕਿਨ ਸਰ ਗੁੰਗੂ ਮਾਣੇ ਦਾ ਇੱਕ ਇਹ ਪਤਾ ਕੀ ਲਾਡ ਹੁੰਦਾ ਨਾ ਇਹ ਜਿਵੇਂ ਮਤਲਬ ਪਿਆਰ ਕਿਸੇ ਟਾਈਮ ਬੰਦਾ ਕਹਿੰਦਾ ਨਾ ਬੜਾ ਪਿਆਰਾ ਲੱਗ ਰਿਹਾ ਇਸੇ ਤਰ੍ਹਾਂ ਬੰਦੇ ਨੂੰ ਅੱਗੋਂ ਪਿਆਰੇ ਦੀ ਅਗਲੀ ਕੰਪਲੇਰੇਟਿਵ ਡਿਗਰੀ ਵੀ ਆ ਜਾਂਦੀ ਹੈ ਨਾ ਤੁਸੀਂ ਤਾਂ ਮਾਸ਼ਾਅੱਲਾ ਟੀਚਰ ਹੋ ਉਹ ਫਿਰ ਗੁੱਗੂ ਮਾਣੇ ਕੋਈ ਮੇਰਾ ਛੁਕੜ ਗੁੱਲਾ ਮੇਰਾ ਛੁਪਾਕ ਦਿੰਦਾ ਮੇਰਾ ਤ੍ਰਿਕੜ ਦਿੰਦਾ ਮੇਰਾ ਰਾਧੇ ਦਿੰਦਾ ਮੇਰਾ ਤ੍ਰਿਕੜ ਤ੍ਰਿਕੜ ਦਾ ਤ੍ਰਿਕੜ ਤ੍ਰਿਕੜ ਦਾ ਤ੍ਰਿਕੜ ਤ੍ਰਿਕੜ ਆ ਤੇ ਅਹਿਮਦ ਸਈਦ ਸਾਹਿਬ ਕੈਸੇ ਆ ਸਰ ਅੱਲਾਹ ਦਾ ਕਰਮ ਸਭ ਖੈਰ ਕਰੀਏ ਮਾਸ਼ਾਅੱਲਾ ਜੀ ਅਹਿਮਦ ਸਾਹਿਬ ਸੇ ਬੜਾ ਹਮਨੇ ਇਨਕਾ ਕੀਮਤੀ ਵਕਤ ਲਿਆ ਅਹਿਮਦ ਸਾਹਿਬ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਸ਼ਾਇਰੀ ਜਿਹੜੀ ਆ ਉਹ ਯੂਟਿਊਬ ਤੇ ਸੁਣੀ ਟੀਵੀ ਤੇ ਅੱਗੇ ਤੁਸੀਂ ਇੱਕ ਗੱਲ ਦੱਸ ਰਹੇ ਸੀ ਕਿ ਤੁਹਾਡੇ ਇੱਕ ਦੋਸਤ ਨੇ ਕਿਹਾ ਜੀ ਕਿ ਅਹਿਮਦ ਸਈਦ ਇੰਨਾ ਟੀਵੀ ਤੇ ਆਉਂਦਾ ਕਿ ਅਕਸਰ ਟੀਵੀ ਬੰਦ ਵੀ ਹੋ ਜਾਂਦਾ ਤੇ ਥੋੜਾ ਥੋੜਾ ਟੀਵੀ ਤੇ ਰਹਿੰਦਾ ਬੜੇ ਵੱਡੇ ਆਰਟਿਸਟ ਅੱਛਾ ਉਸਤਾਦ ਜੀ ਨੇ ਕਿਹਾ ਅਰੇ ਵਾਹ ਜੀ ਵਾਹ ਮੈਨੂੰ ਜ਼ਿਹਨ ਚੋਂ ਨਿਕਲ ਕੇ ਮੈਂ ਕਿਹਾ ਇਹ ਐਡੀ ਵੱਡੀ ਲਾਈਨ ਜਿਹੜੀ ਉਹ ਜ਼ਾਹਰ ਲਾਈਨ ਤੁਹਾਨੂੰ ਸੁਣਾਤੀ ਸੀ ਦੱਸਿਆ ਵੀ ਦੱਸ ਮੈਂ ਸੁਣਾਤਾ ਅਰੇ ਵਾਹ ਜੀ ਵਾਹ ਮੇਰੇ ਉਸਤਾਦਾਂ ਦੀ ਕਲਾਮ ਜੀ ਮਾਸ਼ਾਅੱਲਾ ਕਹਿੰਦੇ ਜੀ ਟੀਵੀ ਇਹਨਾਂ ਟੀਵੀ ਤੇ ਆਉਂਦੇ ਨੇ ਅਹਿਮਦ ਸਾਹਿਬ ਜਦੋਂ ਟੀਵੀ ਖੁੱਲੀ ਇਹਨਾਂ ਤੇ ਜਾਂ ਲਾਈਏ ਤੇ ਭਾਈ ਨੇ ਸਭ ਤੋਂ ਪਹਿਲਾਂ ਅਹਿਮਦ ਸਾਹਿਬ ਹੁੰਦੇ ਨੇ ਤੇ ਇੰਨਾ ਹੁੰਦੇ ਨੇ ਟੀਵੀ ਤੇ ਕਿ ਕਿਤੇ ਬੰਦ ਵੀ ਕਰ ਦੋ ਤੇ ਥੋੜੇ ਥੋੜੇ ਰਹਿੰਦੇ ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ ਅਹਿਮਦ ਸਾਹਿਬ ਸਵਾਲਾਤ ਵੀ ਹੋਣੇ ਤੁਹਾਡੀ ਸ਼ਾਇਰੀ ਵੀ ਅਸੀਂ ਸੁਣਨੀ ਤੇ ਕਿਉਂ ਚੁੱਕੇ ਤੁਸੀਂ ਬੜਾ ਜਿੱਦਤ ਲਿਆਂਦੀ ਹੈ ਅੱਜ ਕੱਲ੍ਹ ਦੇ ਦੌਰ ਦੇ ਹਿਸਾਬ ਨਾਲ ਨਾ ਅਸੀਂ ਵੀ ਕੋਸ਼ਿਸ਼ ਕੀਤੀ ਹੈ ਜ਼ੇਰੇ ਸਾਇਆ ਆਪਣੇ ਉਸਤਾਦ ਮੁਹਤਰਮ ਦੇ ਤੇ ਉਹ ਅਸੀਂ ਜਿੱਥੋਂ ਤੀਕਰ ਕਾਮਯਾਬ ਹੋਏ ਅੱਲਾ ਬਿਹਤਰ ਜਾਣਦਾ ਹੀ ਆ ਸਾਡੀ ਆਡੀਅੰਸ ਅੱਛਾ ਸਰ ਇਹ ਜਦੀਦ ਸ਼ਾਇਰੀ ਦਾ ਜਿਹੜਾ ਤੁਹਾਡਾ ਸਟਾਈਲ ਹੈ ਇਹ ਤੁਸੀਂ ਕਿੰਨਾ ਤੋਂ ਬਤਾ ਸਕਦੇ ਮੈਨੂੰ ਨਹੀਂ ਇਹ ਪਤਾ ਸੀਗਾ ਕਿ ਮੈਂ ਜਿਹੜੀ ਸ਼ਾਇਰੀ ਕਾਲਜ ਦੇ ਜ਼ਮਾਨੇ ਤੋਂ ਸ਼ੁਰੂ ਕਰ ਲਈ ਸਜੀਦਾ ਵੀ ਔਰ ਯੂਨੀਵਰਸਿਟੀ ਦੇ ਜ਼ਮਾਨੇ 'ਚੋਂ ਮੈਂ ਮਜ਼ਾਈ ਸ਼ਾਇਰੀ ਲੇਕਿਨ ਖਾਸ ਤੌਰ 'ਤੇ ਮੈਂ ਅਨਵਰ ਮਸੂਦ ਹਾਲਤ ਮਸੂਦ ਔਰ ਜ਼ਾਹਦ ਫਖਰੀ ਸਾਹਿਬ ਇਹਨਾਂ ਸ਼ਾਇਰਾਂ ਨੂੰ ਜ਼ਿਆਦਾ ਉਰਦੂ ਦੇ ਵਿੱਚ ਜਿਹੜਾ ਹੈ ਉਹਨਾਂ ਤੋਂ ਮੈਂ ਮੁਤਾਸਰ ਸੀਗਾ ਅਤੇ ਬਾਅਦ 'ਚੋਂ ਫਿਰ ਅਸਲ 'ਚ ਜ਼ਮਾਨਾ ਉਦੋਂ ਚੇਂਜ ਹੋ ਰਿਹਾ ਸੀਗਾ ਤਬੀਅਤ ਵੀ ਅੰਦਰ ਉਹ ਥੋੜ੍ਹੀ ਜਿਹੀ ਜਿੱਦਤ ਵਾਲੀ ਸੀ ਅਤੇ ਉਹ ਜਦੀਦ ਸੀ ਅਤੇ ਅਸੀਂ ਵੀ ਉਧਰ ਨੂੰ ਮੌਟ ਹੁੰਦੇ ਰਹੇ ਉਹ ਵਕਤ ਦੇ ਨਾਲ ਮੇਰਾ ਖਿਆਲ ਆ ਕਿ ਆਪਣੇ ਆਪ ਨੂੰ ਉਧਰ ਨੂੰ ਲੈ ਕੇ ਜਾਣਾ ਚਾਹੀਦਾ ਜਿੱਧਰ ਜ਼ਮਾਨਾ ਥੋੜ੍ਹਾ ਥੋੜ੍ਹਾ ਹਾਂਜੀ ਤੇ ਉਦਾਂ ਉਧਰ ਜਾਂਦੇ ਵਾਹ ਵਾਹ ਅੱਛਾ ਸਰ ਤੁਸੀਂ ਗੌਰ ਕਰ ਰਹੇ ਮੈਂ ਸ਼ਾਲ ਪੂਰੀ ਅੱਛਾ ਮੈਨੂੰ ਗੌਰ ਕਰ ਰਿਹਾ ਮੈਨੂੰ ਪਤਾ ਲੱਗਿਆ ਕਿ ਅਹਿਮਦ ਸਈਦ ਸਾਹਿਬ ਬਾਰੇ ਮੈਂ ਇੱਕ ਮੁੰਡੇ ਕੋਲੋਂ ਮੰਗੀ ਮੈਂ ਕਿਹਾ ਜ਼ਰਾ ਸ਼ਾਲ ਮਾਰ ਕੇ ਉਹਦੇ ਬੂਹੇ ਅੱਗੇ ਖਾ ਲਈ ਸੀ ਮੈਂ ਫਿਰ ਸ਼ਾਲ ਮਾਰ ਕੇ ਨਾ ਇਹ ਸ਼ਾਲ ਲੈ ਆ ਅੱਛਾ ਜੀ ਅਹਿਮਦ ਸਾਹਿਬ ਤੁਸੀਂ ਕਿਸੇ ਤੋਂ ਸਿੱਖਿਆ ਯਾਨੀ ਇਹਦੇ ਵਜ਼ਨ ਉਜ਼ਾਨ ਦਾ ਜਿਵੇਂ ਉਹ ਫਾਇਲ ਅਨ ਫਾਇਲਾਤ ਉਨ ਫਾਇਲਾਤ ਉਨ ਇਹ ਵਜ਼ਨ ਉਜ਼ਾਨ ਸਾਨੂੰ ਨਹੀਂ ਪਤਾ ਅੱਜ ਤੱਕ ਲੱਗਾ ਇਹ ਤੁਸੀਂ ਸਿੱਖਿਆ ਕਿਸੇ ਕੋਲ ਅੱਛਾ ਸ਼ਾਇਰੀ ਜਿਹੜੀ ਹੈ ਨਾ ਵੀ ਸ਼ੁਰੂ ਜਦੋਂ ਆਗਾਜ਼ ਹੁੰਦਾ ਉਦੋਂ ਤੇ ਉਹ ਇਨਸਾਨ ਦੇ ਅੰਦਰ ਰਿਦਮ ਹੁੰਦਾ ਤੇ ਉਹ ਸ਼ਾਇਰੀ ਅਨ ਹੁੰਦਾ ਜਿਹੜਾ ਸ਼ਾਇਰ ਬਿਲਕੁਲ ਸੱਚ ਤਾਂ ਇਹ ਹੈ ਕਿ ਆਦਮੀ ਸ਼ਾਇਰ ਜਾਂ ਹੁੰਦਾ ਹੈ ਜਾਂ ਨਹੀਂ ਹੁੰਦਾ ਤੇ ਸ਼ਾਇਰ ਜਿਹੜਾ ਹੁੰਦਾ ਉਹਦਾ ਰਿਦਮ ਅੱਲਾਹ ਦੀ ਤਰਫੋਂ ਹੁੰਦਾ ਹੈ ਪਹਿਲੇ
ਉਹ ਰਿਦਮ ਚ ਸ਼ਾਇਰੀ ਕਹਿ ਰਿਹਾ ਸ਼ੁਰੂ ਹੀ ਕਰਦਾ ਤੇ ਵਜ਼ਨ ਚ ਹਾਂ ਉਹ ਕਿਤੇ ਕੋਈ ਹਰਫ ਕੀ ਉਹਦਾ ਅੱਗੇ ਪਿੱਛੇ ਉਹਦੇ ਵਾਸਤੇ ਉਹਨੂੰ ਕਿ ਆਹਿਸਤਾ ਆਹਿਸਤਾ ਉਹ ਚੀਜ਼ਾਂ ਸਿੱਖਣੀਆਂ ਵੀ ਚਾਹੀਦੀਆਂ ਅਸੀਂ ਵੀ ਉਦੋਂ ਕਿਤਾਬਾਂ ਵੀ ਪੜ੍ਹੀਆਂ ਜੇ ਉਹ ਵੀ ਉੱਧਰ ਦਿਲ ਇੰਨਾ ਮਾਇਲ ਤੇ ਨਹੀਂ ਹੋਇਆ ਵਜ਼ਨ ਨਾਲ ਲੇਕਿਨ ਉਹ ਅਸਲ ਚ ਤੁਸੀਂ ਸ਼ਾਇਰੀ ਕਰਦੇ 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 ਨਾ ਆਪ ਹੋਰ ਪਹਿਲੇ ਤੁਸੀਂ ਆਪ ਹੀ ਰਿਦਮ ਚ ਹੁੰਦੇ ਹੋ ਕਿ ਤੁਸੀਂ ਕੋਈ ਇੰਨੀ ਪ੍ਰੈਕਟਿਸ ਕਰਦੇ ਕਰਦੇ ਤਾਂ ਤੁਹਾਨੂੰ ਆਪ ਮਿਸਰੀਆਂ ਦਾ ਪਤਾ ਲੱਗ ਰਹਿੰਦਾ ਉਦਾਨ ਦੇ ਵੀ ਕੁਛ ਕੁਛ ਪੈਰਾਂ ਸਿੱਖੀਆਂ ਵੀ ਉਹਨਾਂ ਦੇ ਹਿੱਸੇ ਵਿੱਚ ਲੇਕਿਨ ਜ਼ਿਆਦਾ ਮੈਂ ਇਹ ਸਮਝਦਾ ਕਿ ਤੁਸੀਂ ਪ੍ਰੈਕਟਿਸ ਹੈ ਤੁਹਾਡੀ ਉਹ ਹੀ ਤੁਹਾਨੂੰ ਇੰਨਾ ਕਰ ਦਿੰਦੀ ਹੈ ਕਿ ਜਿਸ ਤਰ੍ਹਾਂ ਇੱਕ ਸਿੰਗਰ ਨੂੰ ਉਹ ਹੈ ਨਾ ਕਿ ਤਬਲੇ ਦੀ ਜਿਹੜਾ ਆਉਂਦਾ ਸਾਰੇ ਗਾ ਵਜਨ ਉਹ ਪਤਾ ਲੱਗਦਾ ਤਬਲੇ ਦੀ ਭਾਇਨ ਹੁੰਦੀ ਜਿਹੜੀ ਉਹ ਮੈਨੂੰ ਉਦਾਰੀ ਗੱਲ ਤੁਸੀਂ ਸਮਝ ਆਉਣਾ ਜੋ ਮੈਂ ਕਹਿਣਾ ਚਾਹ ਰਿਹਾ ਹੁਣ ਤਬਲੇ ਦਾ ਤੇ ਮੈਂ ਘਰ ਵੜਦੀ ਚਾਚਾ ਜੀ ਚਾਹ ਪੀਣ ਸੀ ਕਹਿੰਦੇ ਪੁੱਤ ਇੱਥੇ ਸਵਾਰੀਆਂ ਲਾ ਦੇ ਬਸ ਉਹ ਤੋਂ ਬਾਅਦ ਨੀ ਚੱਲੀ ਹਾਂਜੀ ਉਹ ਜਿੰਨੇ ਜਿਵੇਂ ਤੁਸੀਂ ਗੱਲ ਕੀਤੀ ਰਿਦਮ ਹਾਂ ਰਿਦਮ ਹੈ ਨਾ ਉਹ ਜਿਹੜਾ ਸਿੰਗਰ ਨੂੰ ਜਿਹੜੇ ਹੈ ਨੇ ਉਹ ਜਦੋਂ ਆਪਣਾ ਇਹ ਸਾਜ਼ ਵਜਾਉਂਦੇ ਨੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਯਾਰ ਨਹੀਂ ਇਹ ਜਿਹੜਾ ਮਸਲਾ ਹੈ ਤੇ ਉਹ ਇਸੇ ਤਰ੍ਹਾਂ ਸ਼ਾਇਰ ਜਿਹੜਾ ਹੈ ਅਗਰ ਉਹਦੇ ਵਿੱਚ ਉਹ ਰੱਜਦਾ ਵੱਸਦਾ ਚਲਾ ਜਾਏ ਮਿਹਨਤ ਨਾ ਹੈ ਨਾ ਫਿਰ ਇੱਕ ਤੁਸੀਂ ਸਟਾਰਟ ਦੇ ਵਿੱਚ ਤੁਸੀਂ ਰਿਦਮ 'ਚ ਹੋ ਲੇਕਿਨ ਜ਼ਾਹਰੀ ਗੱਲ ਆ ਤੁਹਾਨੂੰ ਉਹ ਅੱਗੇ ਤੋਂ ਅੱਗੇ ਜਾਣ ਵਾਸਤੇ ਉਹ ਜਿਹੜੀ ਬਹਿਰ ਹੈ ਅਜ਼ਾਨ ਹੈ ਨੇ ਬਦਲ ਅਤੇ ਉਹਦੇ ਵਾਸਤੇ ਵੀ ਬਿਲਕੁਲ ਸਹੀ ਹੈ। ਅੱਛਾ ਸਰ ਅਸੀਂ ਕਿਉਂਕਿ ਗੱਲਾਂ ਬਾਤਾਂ ਵੀ ਨਾਲ ਨਾਲ ਲੇਕਿਨ ਅਸੀਂ ਵਿੱਚ ਵਿੱਚ ਇਹ ਵੀ ਕਿ ਪ੍ਰੋਗਰਾਮ ਡਰੈਗ ਨਾ ਹੋਵੇ ਉਹ ਨਾ ਬੰਦ ਕਰ ਦਿੰਦੇ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਕੁਛ ਕਰਦੇ ਨਾ ਹਾਂਜੀ ਹਾਂਜੀ ਨਾਲ ਨਾਲ ਇਹ ਕਰਕੇ ਨਾ ਫਿਰ ਅਸੀਂ ਗੱਲਾਂ ਕਰਦੇ ਅੱਜ ਤੁਹਾਡੀ ਤੇ ਆਪਣੀ ਸਟੋਰੀ ਸੁਣਾਉਂਦੇ ਆ ਨਾ ਦੋ ਸ਼ੇਰਾਂ ਦੇ ਵਿੱਚ ਜੀ ਬਿਸਮਿਲਲਾ ਕਿ ਹਮ ਹੋਏ ਤੁਮ ਹੋਏ ਹਾਂ ਹਾਂ ਕਿ ਮੀਰ ਹੋਏ ਹਮ ਹੋਏ ਤੁਮ ਹੋਏ ਕਿ ਮੀਰ ਹੋਏ ਮੀਰ ਤੱਕੀ ਮੀਰ ਦੀ ਗੱਲ ਕਰ ਰਿਹਾ ਹਮਦ ਮੀਰ ਨਾ ਤਮਿਲ ਅੱਛਾ ਹਮ ਹੋਏ ਤੁਮ ਹੋਏ ਕਿ ਮੀਰ ਹੋਏ ਆਹਾ ਆਪਣੀ ਬੇਗਮ ਕੇ ਸਭ ਅਸੀਰ ਹੋਏ ਉਹ ਮੇਰੇ ਹਮ ਅੱਛਾ ਹੈ ਬਾਤ ਤਾਂ ਸੱਚ ਹੈ ਮਗਰ ਬਾਤ ਰਸਵਾਈ ਕੀ ਹਮ ਹੋਏ ਤੁਮ ਹੋਏ ਕਿ ਮੀਰ ਹੋਏ ਆਹਾ ਆਪਣੀ ਬੇਗਮ ਕੇ ਸਭ ਅਸੀਰ ਹੋਏ ਪੂਰੀ ਸੁਸਰਾਲੀ ਸਲਤਨਤ ਮੇ ਮੀਆਂ ਰਨ ਮੁਰੀਦੀ ਕੇ ਹਮ ਸਫੀਰ ਹੋਏ ਪੂਰੀ ਸੁਸਰਾਲੀ ਸਲਤਨਤ ਮੇ ਮੀਆਂ ਅੱਛਾ ਜਿਹੜੇ ਸਫੀਰ ਹੋਏ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਆਪਾਂ ਮਿਲ ਗਿਆ ਐਂਬੈਸੀਡਰ ਐਂਬੈਸੀਡਰ ਆਫ ਰਨ ਮੁਰੀਦ ਅੱਛਾ ਪੂਰੀ ਪੂਰੀ ਸੁਸਰਾਲੀ ਸਲਤਨਤ ਸੁਸਰਾਲੀ ਆ ਮੈਨੂੰ ਇਹਦਾ ਮਜ਼ਾ ਆਇਆ ਪੂਰੀ ਸੁਸਰਾਲੀ ਸਲਤਨਤ ਮੇ ਮੀਆਂ ਰਨ ਮੁਰੀਦੀ ਕੇ ਹਮ ਸਫੀਰ ਆ ਹਾ ਹਾ ਵਾਹ 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 ਯਾਰ ਕਿਆ ਖੂਬਸੂਰਤ ਆਪਨੇ ਅੱਛਾ ਇਹ ਤੋ ਆਪਨੇ ਇੱਕ ਹਰ ਸ਼ਖਸ ਕੀ ਲੁਦਾਸ ਬਿਆਨ ਕਰ ਦੀ ਜੋ ਸ਼ਾਦੀ ਸ਼ੁਦਾ ਹੈ ਅਜੀ ਗੱਲ ਆਪਣੇ ਤੋਂ ਹਰ ਚੈਪਟਰ ਲੈ ਗਿਆ ਮੈਂ ਆਪਣੇ ਸਿਰੋਂ ਲਾਉਣੀ ਸੀ ਅੱਛਾ ਜੀ ਮਤਲਬ ਬੜਾ ਖੂਬਸੂਰਤ ਅੱਛਾ ਇਹ ਕਿੱਦਾਂ ਦਿਲ ਚ ਆਉਂਦੀ ਹੈ ਕਿ ਬਹੁਤ ਸਾਰੇ ਸ਼ੋਰਾ ਕਰਾਮ ਇਹ ਸਵਾਲ ਹੈ ਵੈਸੇ ਵੇਖਣ ਸੁਣਨ ਲੱਗਦੇ ਕਿ ਸ਼ੋਰਾ ਕਰਾਮ ਨੇ ਮੀਆਂ ਬੀਬੀ ਦੇ ਰਿਸ਼ਤੇ ਦੇ ਕੁਛ ਲੋਕ ਕਹਿੰਦੇ ਨੇ ਕਿ ਯਾਰ ਆ ਜਾ ਕੇ ਇਹੋ ਹੀ ਟੌਪਿਕ ਲੱਭਦਾ ਇਹੋ ਹੀ ਕੰਟੈਂਟ ਕਿ ਜਦੋਂ ਵੀ ਵੇਖਿਆ ਤੇ ਬੀਬੀ ਤੇ ਇਹ ਕਿੱਦਾਂ ਇਹ ਜ਼ਰੂਰੀ ਹੈ ਅਸਲ ਟੌਪਿਕ ਤੇ ਉਹੀ ਹੁੰਦੇ ਆ ਸਾਰੀ ਮਤਲਬ ਜਦੋਂ ਦੇ ਚੱਲਦਾ ਆ ਰਿਹਾ ਜ਼ਮਾਨਾ ਚੱਲਦਾ ਆ ਰਿਹਾ ਕਹਿ ਲਓ
20-25-30 ਟੌਪਿਕ ਇਸ ਤੋਂ ਜ਼ਿਆਦਾ, ਲੇਕਿਨ ਉਹਨੂੰ ਅਸਲ 'ਚ ਬਿਆਨ ਕਰਨ ਦਾ ਹੈ ਕਿ ਉਹਨੂੰ ਡਿਫਰੈਂਟ ਐਂਗਲ ਨਾਲ, ਅਸਲ 'ਤੇ ਹੈ ਕਿ ਉਹਨੂੰ ਡਿਫਰੈਂਟ ਐਂਗਲ ਨਾਲ ਪੇਸ਼ ਕੀਤਾ ਜਾਏ। ਚਾਹੇ ਉਹ ਦੇਖੋ ਹੁਣ ਮਹਿਬੂਬਾ 'ਤੇ ਸ਼ਾਇਰੀ ਹੁੰਦੀ ਹੈ ਅਤੇ ਹੁੰਦੀ ਰਹੀ ਆ, ਉਹ ਹੋ ਰਹੀ ਹੈ, ਅਤੇ ਕੀ ਮਹਿਬੂਬਾ 'ਤੇ ਸ਼ਾਇਰੀ, ਸਭ ਤੋਂ ਜ਼ਿਆਦਾ ਤਾਂ ਮਹਿਬੂਬਾ 'ਤੇ ਸ਼ਾਇਰੀ ਹੁੰਦੀ ਹੈ, ਅਤੇ ਬੇਗਮ ਵੀ ਅਤੇ ਮਹਿਬੂਬਾ ਹੀ ਹੁੰਦੀ ਹੈ, ਮਜ਼ਾਹ ਦੀ ਸ਼ਾਇਰੀ ਜ਼ਰਾ ਥੋੜ੍ਹੀ ਜਿਹੀ ਉਹ ਉੱਧਰ ਉੜਦੀ, ਲੇਕਿਨ ਅਸਲ 'ਤੇ ਇਹ ਹੈ ਮਾਮਲਾ ਕਿ ਤਜ਼ੀਕ ਨਾ ਕੀਤੀ ਜਾਏ। ਇਸ ਚੀਜ਼ ਨੂੰ ਕਹਿਤਾ ਨਹੀਂ ਜਾ ਸਕਦਾ, ਤਨਕੀਦ ਇਸ ਚੀਜ਼ 'ਤੇ ਹੋ ਸਕਦੀ ਕਿ ਯਾਰ ਔਰਤ ਦੀ, ਉਹ ਚਾਹੇ ਬੇਗਮ ਹੋਏ ਮਹਿਬੂਬਾ ਹੋਏ, ਅਤੇ ਇੱਥੇ ਤਾਂ ਉਹਦੀ ਤਨਕੀਦ ਨਹੀਂ ਹੋ ਰਹੀ, ਇੱਥੇ ਤਾਂ ਬੱਲੇ ਬੱਲੇ ਹੀ ਹੋ ਰਹੀ, ਪੂਰੀ ਸਤਰਾਂ ਵਾਲੀ ਸਲਤਨਤ ਮਿਲਦੀ ਖਾਨ ਮੁਰੀਦ ਦੀ ਕਿ ਹਮ ਸਭੀ ਹੋਏ। ਯਾਰ ਕੀ ਗੱਲ ਇਹ ਆ ਕਿ ਉਹ ਅਨਵਰ ਮਸੂਦ ਸਾਹਿਬ ਨੇ ਕਿਹਾ ਸੀਗਾ, ਸਾਥੀ ਤੁਸੀਂ ਮੈਨੂੰ ਬੁਲਾਓ ਹੀ ਨਾ, ਤੁਸੀਂ ਮੇਰੇ ਅੰਦਰ ਦੁੱਖ ਦੇ ਜ਼ਖਮਾਂ 'ਤੇ, ਲੈ ਦੁੱਖ ਦੇ ਜ਼ਖਮਾਂ 'ਤੇ ਮੇਰੇ ਜਨਾਬ ਉੱਥੇ ਨਮਨ ਚਿੜ ਗਿਆ। ਅਨਵਰ ਮਸੂਦ ਸਾਹਿਬ ਦਾ ਇੱਕ ਮਿਸਰਾ ਮੈਨੂੰ ਯਾਦ ਆ ਗਿਆ ਕਿ ਮੂੰਹ ਬਣਾਉਣੇ ਮੇਂ ਉਸਕਾ ਕੋਈ ਸਾਨੀ ਹੀ ਨਹੀਂ, ਕੋਈ ਕਹੀ ਕਿਸੇ ਕਿ ਚਾਏ ਵੀ ਅੱਛੀ ਬਣਾਤੀ ਹੈ ਮੇਰੀ ਬੇਗਮ, ਮਗਰ ਮੂੰਹ ਬਣਾਉਣੇ ਮੇਂ ਉਸਕਾ ਕੋਈ ਸਾਨੀ ਨਹੀਂ। ਤੋ ਕਹਿਣੇ ਦਾ ਮਤਲਬ ਦੇਖੋ, ਐਸੇ ਅੰਦਾਜ਼ ਨਾ ਕਿ ਜਿਹਦੇ ਵਿੱਚ ਉਹਦੀ ਜਿਹੜਾ ਹੈ ਵਾ ਇੱਕ ਲਾਖ ਤੋਂ 20 ਕੋਈ ਗੱਲ ਵੀ ਨਾ ਹੋਏ, ਉਹਦਾ ਜਿਹੜਾ ਹੈ ਵਾ ਇੱਕ ਤਸ਼ਖਸ ਜਿਹੜਾ ਹੈ ਵਾ ਔਰਤ ਦਾ ਉਹ ਬਰਕਰਾਰ ਹੈ, ਔਰ ਮਜ਼ਾ ਵੀ ਬਰਕਰਾਰ। ਔਰਤ ਨਾਲ ਹੀ ਇਹ ਵੀ ਗੱਲ ਸਪੈਸੀਫਿਕ ਇੱਕ ਔਰਤ ਲਈ ਨਹੀਂ, ਉਹ ਕੁਛ ਮਖਸੂਸ ਬੰਦਾ ਜਿਹੜੇ ਨਾ ਸ਼ਰਾਰਤੀ ਮਰਦ ਖਾਮਦ ਵੀ ਹੁੰਦੇ ਨੇ, ਉਹ ਆਪਣੀ ਬੁੱਢੀਆਂ ਨੂੰ, ਮੇਰਾ ਇੱਕ ਚਾਚਾ ਵਾ ਤੇ ਉਹ ਨਾ ਆਪਣੀ ਘਰ ਦੀ ਨੂੰ ਜਦੋਂ ਬੁਲਾਏਗਾ ਨਾ ਤੇ ਉਹਨੂੰ ਕਦੀ ਪੁੱਠੇ ਨਾ ਲਏਗਾ, ਜੋਰਾ ਜਪੀ ਕਦੇ ਗੁੱਲ ਬਦਰਾ ਠੀਕ ਹੈ, ਤੇ ਉਹ ਖਿੱਚਦੀ ਏ ਤੇ ਉਹ ਕਹਿੰਦੀ ਤੂੰ ਕਦੇ ਤੂੰ ਮੇਰੇ ਨਾਲ, ਫਿਰ ਉਹ ਕਹਿੰਦੀ ਵੇ ਬੂਟਿਆ ਵੇ ਕਾਲਿਆ ਵੇ ਛੋਕਿਆ, ਹਾਲਾਂਕਿ ਉਹ ਉੱਚੇ ਨਾਮ ਲੈ ਰਹੇ ਨੇ ਜੋਰਾ ਜਪੀ ਤੇ। ਹਾਂਜੀ ਹਾਂਜੀ। ਅੱਛਾ ਸਰ, ਮੈਂ ਨਾ ਕੁਛ ਦਿਨ ਪਹਿਲਾਂ ਇੱਕ ਯੂਟਿਊਬ ਤੇ ਸੁਣ ਰਿਹਾ ਸੀ, ਕਿਆ ਖੂਬਸੂਰਤ ਯਾਰ ਉਹਨਾਂ ਨੇ ਰੈਡੀ ਕੀਤੀ ਏ, ਖੁਦਾ ਨੇ ਉਸ ਸ਼ਖਸ ਕੀ ਕਭੀ ਬੀਵੀ ਨਹੀਂ, ਖੁਦਾ ਨੇ ਆਜ ਤੱਕ ਉਸ ਸ਼ਖਸ, ਹਾਂ ਖੁਦਾ ਨੇ ਆਜ ਤੱਕ ਉਸ ਸ਼ਖਸ ਕੀ ਬੀਵੀ ਨਹੀਂ ਬਦਲੀ, ਨਾ ਹੋ ਖਿਆਲ ਜਿਸ ਕੋ ਖਿਆਲ ਆਪ ਆਪਣੀ ਬੀਵੀ ਦੇ। ਅਰੇ ਮੈਂ ਵੀ ਲਿਖਿਆ ਵਾ, ਮੈਂ ਤੇ ਤਰੰਨਮ ਨਾਲ ਤੁਹਾਡਾ ਲਿਖਿਆ, ਮੈਂ ਤਰੰਨਮ ਵੀ ਬੇਟੀ ਦੇ ਦੋਵੇਂ ਲਿਖਣ ਦੇ, ਤੇ ਉਹ ਮੈਂ ਲਿਖਿਆ ਸੀ ਕਿ ਮੈਂ ਨੀ ਮਾਏ ਮੇਰੇ ਬੱਚਿਆਂ ਦੀ ਮਾਂ ਨੂੰ ਵੀ ਰੱਬ ਕਿਤੇ ਅਕਲ ਦਵੇ, ਅੱਧੀ ਅੱਧੀ ਰਾਤੀ ਉੱਠ ਰੀਝਾਂ ਨਾਲ ਕੁੱਟਦੀ ਐ ਮਾਏ ਨੂੰ ਮੌਲਾ ਲਵੇ, ਮਾਏ ਨੀ ਮਾਏ। ਇਹ ਸਾਡਾ ਜਿਹੜਾ ਮੁਸ਼ਾਇਰਾ ਹੁੰਦਾ ਨਾ, ਮੈਂ ਉਹਦੇ ਚ ਪੜਿਆ ਸੀ, ਪੜਿਆ ਕੀ ਗਾਇਆ ਜਾਂ ਜੋ ਵੀ। ਅੱਛਾ ਸਰ, ਅਗਲਾ ਸਵਾਲ ਆਪਕੀ ਸਕਰੀਨ ਪਰ ਹੈ ਸਰ, ਸੰਜੀਦਾ ਸ਼ਾਇਰੀ ਵੀ ਤੁਸੀਂ ਲਿਖੀ, ਕਿਉਂ ਲਿਖੀ, ਮੈਨੂੰ ਕਹਿ ਲਓ, ਯਾਨੀ ਸੰਜੀਦਾ ਮਜ਼ਾਕ ਲਿਖਣ ਵਾਲਾ। ਅੱਛਾ, ਜੇ ਮਜ਼ਾਕ ਲਿਖਣ ਵਾਲਾ ਸੰਜੀਦਾ ਲਿਖੇਗਾ ਤੇ ਉਹ ਬੜਾ ਖਤਰਨਾਕ ਲਿਖੇਗਾ। ਔਰ ਅਸਲ 'ਚ ਅੰਦਰ ਹੀ ਹੁੰਦੇ ਨਾ, ਜੋ ਇਨਸਾਨ ਦੇ ਅੰਦਰ ਹੋਵੇ ਉਹਨੂੰ ਉਹ ਕਰ ਲੈਣਾ ਚਾਹੀਦਾ, ਉਹ ਬਾਹਰ ਲਿਆਉਣਾ ਚਾਹੀਦਾ। ਉਹ ਸੰਜੀਦਾ ਸ਼ਾਇਰੀ ਵੀ ਹੈ ਸੀ, ਨਸਰ ਮੈਂ ਹਮੇਸ਼ਾ ਮਜ਼ਾ ਹੀ ਲਿਖੀ ਸ਼ਾਇਰੀ ਮੈਂ। ਅੱਛਾ, ਇਹ ਨਸਰ ਔਰ ਸ਼ਾਇਰੀ ਮੈਨੂੰ ਕਿਸੇ ਨੇ ਪੁੱਛਿਆ ਵੀ
ਕਿ ਉਹ ਜਿਸ ਤਰ੍ਹਾਂ ਤੁਸੀਂ ਬੈਠੇ ਹੋ ਤੇ ਇੱਕ ਦੋਸ਼ੀਜ਼ਾ ਬੈਠੀ ਹੋਈ ਸੀ ਜਿਸ ਕੁੜੀ ਦੇ ਨਾਲ ਮੈਂ ਯਾਰੀ ਲਾਈ ਹੈ ਉਹ ਪੂਰਾ ਭਾਈ ਇਹ ਮੈਂ ਪੂਰਾ ਇਹ ਵੀ ਮੈਂ ਨਾਲ ਨਾਲ ਆਪਣਾ ਵੀ ਹਿਸਾਬ ਲਾਉਂਦੇ ਆ ਨਾ ਤੁਸੀਂ ਉਹ ਵੀ ਅੱਛਾ ਠੀਕ ਹੈ ਅੱਜਕੱਲ ਤੇ ਭਾਈ ਹੋਣਾ ਵੀ ਚਾਹੀਦਾ ਤੇ ਨਸਰ ਜਿਹੜੀ ਆ ਹਾਂ ਉਹ ਕੁਐਸਚਨ ਉਹਨਾਂ ਨੇ ਕੀਤਾ ਕਿ ਉਹ ਮੇਰੇ ਮਤਲਬ ਦਾ ਹੀ ਕੁਐਸਚਨ ਹੋ ਗਿਆ ਉਹਨਾਂ ਨੇ ਕਿਹਾ ਕਿ ਤੁਹਾਨੂੰ ਆਪਣੀ ਜਿਹੜੀ ਮਜ਼ਾਹੀਆ ਨਸਰ ਔਰ ਸ਼ਾਇਰੀ ਇਹਦੇ ਵਿੱਚੋਂ ਕਿਹੜੀ ਸਿੰਫ ਪਸੰਦ ਆ ਮੈਂ ਕਿਹਾ ਜੀ ਆਪਣੀ ਜਗ੍ਹਾ ਹੈ ਮੈਨੂੰ ਸਿੰਫ ਨਾਜ਼ੁਕ ਪਸੰਦ ਹਰਕਤ ਵਾ ਉਹ ਜਿੱਥੇ ਜਾਂਦਾ ਨਾ ਜੀ ਉਹ ਵੀ ਨਾ ਆਪਣੀ ਸ਼ਾਇਰੀ ਤਲੀ ਦੇ ਲਈ ਫਿਰਦਾ ਵਾ ਉਹ ਇਸ ਲਈ ਮੈਂ ਉਹਨੂੰ ਨਾਲ ਰੱਖਿਆ ਮੈਂ ਕਿਹਾ ਚਲੋ ਅੱਛਾ ਸਰ ਤੁਸੀਂ ਫਿਰ ਸੰਜੀਦਾ ਲਿਖਿਆ ਉਸ ਸੰਜੀਦਾ ਦੇ ਵਿੱਚੋਂ ਕੁਛ ਸੰਜੀਦਾ ਸਾਨੂੰ ਕੋਈ ਪਲੀਜ਼ ਬਤਾ ਕੇ ਕਾਸ਼ ਕਿ ਮੇਰੀ ਰਾਹੋਂ ਮੇਂ ਬੀਤੇ ਵੋ ਜ਼ਮਾਨੇ ਆ ਜਾਏ ਕਾਸ਼ ਕਿ ਮੇਰੀ ਰਾਹੋਂ ਮੇਂ ਬੀਤੇ ਵੋ ਜ਼ਮਾਨੇ ਆ ਜਾਏ ਮੈਂ ਸਾਹਮਣੇ ਉਨਕੇ ਬੈਠਾ ਹੂੰ ਮੇਰੇ ਦੋਸਤ ਪੁਰਾਣੇ ਆ ਜਾਏ ਆਏ ਹਾਂ ਮੈਂ ਸਾਹਮਣੇ ਉਨਕੇ ਬੈਠਾ ਹੂੰ ਮੇਰੇ ਦੋਸਤ ਪੁਰਾਣੇ ਆ ਜਾਏ ਮੇਰੀ ਆਂਖੇ ਓਜਲ ਲੋਜਲ ਹੈ ਮੇਰੇ ਦਿਨ ਵੀ ਬੋਝਲ ਬੋਝਲ ਹੈ ਮੇਰੇ ਸਾਹਮਣੇ ਗਰ ਨਹੀਂ ਆ ਸਕਦੇ ਮੇਰੇ ਖਾਬ ਚੁਰਾਨੇ ਆ ਆਹਾ ਵਾਹ ਹੈ ਕਾਸ਼ ਕਿ ਮੇਰੀ ਰਾਹੋਂ ਮੇਂ ਬੀਤੇ ਵਾਹ 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 ਬਹੁਤ ਅੱਛਾ ਬਹੁਤ ਸਰ ਮਾਸ਼ਾਅੱਲਾ ਇੱਕ ਆਰਟਿਸਟ ਯਾਨੀ ਅਸੀਂ ਵੇਖਦੇ ਆ ਨਾ ਕਿ ਆਰਟਿਸਟ ਜਿਹੜਾ ਹੋਣਾ ਵਾ ਇਹ ਵੀ ਕਰਮ ਆ ਤੁਸੀਂ ਆਰਟਿਸਟਿਕ ਮਾਇੰਡ ਹੋਣਾ ਤੇ ਇਹ ਵੀ ਤੁਸੀਂ ਇੱਕ ਡਿਫਰੈਂਟ ਹੋ ਨਾ ਤੁਸੀਂ ਦੂਸਰਿਆਂ ਲੋਕਾਂ ਤੋਂ ਅੱਛਾ ਇਹ ਤੁਹਾਨੂੰ ਕਦੋਂ ਰਿਲਾਈਜ਼ ਹੋਇਆ ਕਿ ਤੁਸੀਂ ਮਤਲਬ ਸਹੀ ਲਿਖਣ ਲੱਗ ਪਏ ਹੋ ਜਾਂ ਤੁਸੀਂ ਕਿਸੇ ਮੁਸ਼ਾਇਰੇ 'ਚ ਪੜ੍ਹਨ ਦੇ ਕਾਬਿਲ ਹੋ ਗਏ ਇਹ ਕਦੋਂ ਤੁਹਾਨੂੰ ਪਤਾ ਲੱਗਿਆ ਹੁਣ ਜੀ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਯੂਨੀਵਰਸਿਟੀ ਦੇ ਦੌਰ ਚ ਮੁਹੱਬਤ ਹੋਈ ਭਾਜੀ ਮੁਹੱਬਤ ਹੋਈ ਪੁੱਛਣ ਜਵਾਬ ਠੀਕ ਸੀ ਇੰਨਾ ਹੀ ਮੁਹੱਬਤ ਹੋਈ ਸਹੀ ਜਵਾਬ ਨਹੀਂ ਬਿਲਕੁਲ ਲਾਜਵਾਬ ਅੱਛਾ ਜੀ ਉਸ ਤੋਂ ਬਾਅਦ ਤੁਸੀਂ ਯਾਨੀ ਫਿਰ ਅੱਛਾ ਮੈਂ ਵੀ ਸੁਣਿਆ ਮੈਨੂੰ ਇੱਕ ਬੜੇ ਬਰੀਕ ਬੰਦੇ ਨੇ ਮੈਂ ਕਿਤਾਬ ਚ ਵੀ ਪੜ੍ਹਿਆ ਕਹਿੰਦੇ ਕਿ ਜਦੋਂ ਇਨਸਾਨ ਮੁਸ਼ੱਕਤ ਕਰਨ ਵਾਲਾ ਹੁੰਦਾ ਸੀ ਮੁਸ਼ੱਕਤ ਕਰਦਾ ਸੀ ਉਹ ਮਿਹਨਤ ਕਰਦਾ ਸੀ ਜਿੱਦਾਂ ਜਿੱਦਾਂ ਇਨਸਾਨ ਮੁਸ਼ੱਕਤ ਮਿਹਨਤ ਤੋਂ ਹਟਦਾ ਗਿਆ ਨਾ ਓਦਾਂ ਓਦਾਂ ਵਿੱਚ ਸ਼ਾਇਰ ਪੈਦਾ ਹੁੰਦੇ ਨੇ ਇਹ ਗੱਲ ਸੱਚ ਕਿ ਯਾਨੀ ਮੁਸ਼ੱਕਤ ਤੋਂ ਭੱਜਦੇ ਵੀ ਕੋਈ ਨਹੀਂ ਅਸਲ ਇੱਕ ਮਜ਼ਾਕ ਦਾ ਵਾਲੇ ਨਾ
ਸ਼ਾਇਰੀ ਖੁਦ ਬੜੀ ਮੁਸ਼ਕਲ ਦਾ ਸੋਚ ਦਾ ਨਾਮ ਹੈ, ਬੜੀ ਸਾਰੀ ਗੱਲ ਆ ਉਹਦੇ ਵਿੱਚ ਡੈਪਥ ਦਾ ਨਾਮ ਹੈ ਜੀ। ਸਰ ਕੁਛ ਮਜ਼ੀਦ ਅਤਾਬ ਜਨਾਬ, ਵੇਖ ਕੇ ਮੈਨੂੰ ਹੱਸ ਨਾ ਜਾਵੇ, ਵੇਖ ਕੇ ਮੈਨੂੰ ਹੱਸ ਨਾ ਜਾਵੇ, ਨਾਗਨ ਵਾਂਗੂ ਡਸ ਨਾ ਜਾਵੇ, ਹਾਏ 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 ਪਰ ਥੋੜਾ ਹੀ ਅੱਖ ਮਟਕਾ ਚੰਗਾ, ਪੂਰੀ ਪੂਰੀ ਫਸ ਨਾ ਜਾਵੇ ਪੂਰੀ ਪੂਰੀ ਫਸ ਨਾ ਜਾਵੇ ਯਾਰ, ਬਹੁਤ ਜ਼ਰੂਰੀ ਕਿੰਨਾ ਬਚਿਆ ਬੰਦਾ, ਹਾਂਜੀ ਹਾਂਜੀ ਪੂਰੀ ਪੂਰੀ ਫਸ ਨਾ ਜਾਵੇ, ਯਾਨੀ ਥੋੜੀ ਥੋੜੀ ਕਰ, ਥੋੜਾ ਹੀ ਅੱਖ ਮਟਕਾ ਚੰਗਾ, ਪੂਰੀ ਪੂਰੀ ਫਸ ਨਾ ਜਾਵੇ, ਪਰ ਤੇਰੇ ਅੱਗੇ ਬਹਿ ਕੇ ਪੀਤੀ ਚਾਹ ਮੁੱਕੀ ਪਰ ਚਸ ਨਾ ਜਾਵੇ, ਵਾਹ ਵਾਹ ਵਾਹ, ਤੇਰੇ ਅੱਗੇ ਬਹਿ ਕੇ ਪੀਤੀ ਚਾਹ ਮੁੱਕੀ ਪਰ ਚਸ ਨਾ ਜਾਵੇ, ਉਹ ਹੁਣੀ ਜਿੱਡਾ ਕੱਪ ਚਾਹ ਪੀਤੀ ਆਪਾਂ, ਏਡਾ ਛੋਟਾ ਕੱਪ ਦੇ ਦਿੱਤਾ, ਚਾਹ ਦੇ ਅੰਦਰ ਰਸ ਨਾ ਜਾਵੇ, ਲੈ ਦੱਸ ਨਾ ਜਾਵੇ, ਔਰ ਮੇਕਅਪ ਕਰਕੇ ਮਿਲਦੀ ਰਹੀ ਤੂੰ, ਹਾਂ ਵੇਖੀ ਆਸ਼ਿਕ ਨਾ ਹੱਸ ਨਾ ਜਾਵੇ, ਵਾਹ 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 ਵਾਹ, ਮੇਕਅਪ ਕਰਕੇ ਮਿਲਦੀ ਰਹੀ ਤੂੰ, ਹਾਂ ਵੇਖੀ ਆਸ਼ਿਕ ਨਾ ਹੱਸ ਨਾ ਜਾਵੇ, ਆਸ਼ਿਕ ਵੀ ਤਾਂ ਡੇਰ ਗਾਇਆ ਹਾਏ ਹਾਏ, ਉਹ ਰੇੜ ਖੇੜ ਕੇ ਹੀ ਜਾਣਾ ਪੈਂਦਾ, ਇਸ਼ਕ ਗਲੀ ਵਿੱਚ ਬੱਸ ਨਾ ਜਾ, ਓਏ ਹੋਏ ਹੋਏ, ਰੇੜ ਖੇੜ ਕੇ ਹੀ ਜਾਣਾ ਪੈਂਦਾ, ਇਸ਼ਕ ਗਲੀ ਵਿੱਚ ਬੱਸ ਨਾ ਜਾਵੇ, ਮਤਲਬ ਕਿ ਤੂੰ ਆਪਣੇ ਕਿਤੇ ਪੂਰੇ ਖਾਨਦਾਨ ਨੂੰ ਲੈ ਆਵੇਂ, ਇਹ ਕੰਮ ਨਹੀਂ, ਇੱਕ ਦੋ ਜਣੇ ਬੱਸ, ਛੋਟੀ ਗਲੀ ਹੈ ਨਾ ਇਸ਼ਕ ਦੀ, ਹਾਂ ਖਚਰੇ ਸ਼ਾਇਰ ਨੀ ਯਾਰ, ਮੇਰਾ ਨਾ ਮੇਰੇ ਸਰ ਨੇ ਤੇ ਮੇਰਾ ਬੜਾ ਪਿਆਰ ਵੀ ਹੈ ਤੇ ਅਸੀਂ ਉਹ ਕਰ ਲੈਂਦੇ ਹਾਂ ਮਾਦਰਤ, ਲੇਕਿਨ ਤੁਸੀਂ ਜੀ ਜੀ ਸੋਹਣੀ ਭਾਵੇਂ ਸੱਸੀ ਹੋਵੇ ਮੈਨੂੰ ਵੇਖ ਕੇ ਹੱਸੀ ਹੋਵੇ, ਔਰ ਸਾਗ ਨਾਲ ਹੋਵੇ ਕੋਕਾ ਕੋਲਾ, ਸਾਗ ਨਾਲ ਹੋਵੇ ਕੋਕਾ ਕੋਲਾ, ਬਰਗਰ ਦੇ ਨਾਲ ਲੱਸੀ ਹੋਵੇ, ਸਾਗ ਨਾਲ ਹੋਵੇ ਕੋਕਾ ਕੋਲਾ, ਬਰਗਰ ਦੇ ਨਾਲ ਲੱਸੀ ਹੋਵੇ। ਅੱਛਾ ਇਹ ਜਾ ਕੇ ਬੰਦਾ ਉੱਥੇ ਕਵੇ ਕਿ ਵੇਟਰ ਪਲੀਜ਼ ਵਨ ਸਾਗ ਔਰ ਵਿਦ ਦ ਕੋਕ ਐਂਡ ਵਨ ਬਰਗਰ ਵਿਦ ਦ ਲੱਸੀ, ਤੇ ਉਹਨੇ ਕਹਿਣਾ ਯਾਰ ਕੀ ਕਸਾ ਹੈ ਤੇ ਕਪੂਣਾ ਹੋਏ ਲੈ ਦੇ ਵਿੱਚ ਪੂਰੀ। ਅੱਛਾ ਜੀ ਸੀਗਾ ਚਾਹ ਕਮਾਲ ਕਰਨ ਤੋਂ ਇੱਕ ਕਰੈਕਟਰ, ਹਾਂਜੀ ਬਰਗਰ ਦੇ ਨਾਲ ਲੱਸੀ ਹੋਵੇ ਔਰ ਬੇਗਮ ਚਾਹੁੰਦੀ ਸ਼ੋਹਰ ਦੇ ਗੱਲ, ਬੇਗਮ ਚਾਹੁੰਦੀ ਸ਼ੋਹਰ ਦੇ ਗੱਲ, ਬੱਕਰੇ ਵਾਲੀ ਰੱਸੀ ਯਾਰ ਵਾਹ, ਅੱਛਾ ਤੁਸੀਂ ਬੱਕਰਾ ਇੱਥੇ ਹੱਥ ਪਾਇਆ, ਤੁਸੀਂ ਸਮਝਦਾਰ ਹੋ ਕਿਉਂ ਤੁਸੀਂ ਜਾ ਰਹੇ, ਬੇਗਮ ਚਾਹੁੰਦੀ ਸ਼ੋਹਰ ਦੇ ਗੱਲ, ਬੱਕਰੇ ਵਾਲੀ ਰੱਸੀ ਹੋਵੇ ਬਹੂਆ ਗੱਲ, ਜਾਲ ਵੀ ਪੂਰਾ ਪਾਪ ਹੋ ਗਈ ਜੀ, ਉਂਝ ਵੀ ਦਿਲ ਤੇ ਛਾ ਚੁੱਕੇ, ਜਾਲ ਵੀ ਪੂਰਾ ਪਾਪ ਹੋ ਗਈ ਏ, ਉਂਝ ਵੀ ਦਿਲ ਤੇ ਛਾ ਛੂ ਗਈ ਏ, ਪਿਆਰ ਅਧੂਰਾ ਵਿੱਚ ਛੱਡ ਗਈ, ਪੀਜ਼ੇ ਬਰਗਰ ਖਾ ਖਾ ਖੂ ਗਈ ਏ ਯਾਰ, ਲਾਸ਼ ਕਰਤੀ ਯਾਰ ਕਸਮ, ਵਾਹ ਰੇ ਵਾਹ ਬਹੁਤ ਅੱਛੇ, ਪੀਜ਼ੇ ਬਰਗਰ ਖਾ ਖੂ ਗਈ ਏ, ਔਰ ਉਹਨੇ ਆਂਦੇ ਹੀ ਝੰਡੇ ਗੱਡ ਤੇ,
ਉਹਨੇ ਆਂਦੇ ਝੱਡੇ ਘੜ ਸੱਸ ਉਸ ਨੂੰ ਢਾਟ ਹੋ ਗਈ ਮੈਨੂੰ ਬਹੁਤ ਮਜ਼ਾ ਆ ਰਿਹਾ। ਅੱਛਾ ਕਿਉਂ ਉਹਦੀ ਵਜ੍ਹਾ ਇਹ ਵੀ ਹੈ ਨਾ ਕਿ ਸੱਚੀ ਮੁੱਚੀ ਸ਼ਾਇਰੀ ਵਿੱਚ ਇੱਕ ਰਿਦਮ ਹੁੰਦਾ ਹੈ, ਰਿਦਮ ਜਿਹੜਾ ਨਾ ਉਹ ਸੁਭਾਨ ਅੱਲਾ ਇਹ ਜਿਵੇਂ ਮਿਊਜ਼ਿਕ ਦਾ ਇੱਕ ਬਕਾਇਦਾ ਹੈ, ਜਿਵੇਂ ਕਲਾਸੀਕੀ ਮੂਸੀਕੀ ਹੈ ਜਾਂ ਮਤਲਬ ਵੈਸਟਰਨ ਉਹ ਦੂਸਰਾ ਫੋਕ ਹੈ, ਇਹਦੇ 'ਚ ਵੀ ਬਕਾਇਦਾ ਮਿਊਜ਼ਿਕ ਨੇ ਨਾ। ਬਿਲਕੁਲ ਬਿਲਕੁਲ, ਅਸੀਂ ਉਹ ਪੜ੍ਹਦੇ ਸੀ ਨਾ ਤਜੰਮਲ ਕਲੀਮ ਸਾਹਿਬ ਦਾ ਇੱਕ ਪੰਜਾਬੀ ਦਾ ਕਿ ਕਾਵਾਂ ਤੱਕ ਰਜ਼ਾਤ ਪਿਆਰੀ, ਸੁਣ ਕੇ ਬੰਦਾ ਮਰ ਨਹੀਂ ਜਾਂਦਾ, ਅਤੇ ਉਹ ਜਿਸ ਦਿਨ ਨਾ ਮਜ਼ਦੂਰੀ ਲੱਭੇ ਜਾਏ ਬੂਹੇ ਵੱਲੋਂ ਘਰ ਨਹੀਂ ਜਾਂਦਾ। ਔਰ ਮੈਂ ਉਹ ਪੁਰਾਣੀ ਇੱਕ ਗਜ਼ਲ ਸੀ ਹੋਈਆਂ ਕੁਝ ਇਸ ਤਰ੍ਹਾਂ ਦੀਆਂ ਸ਼ਕਲਾਂ ਸਿਆਣੀਆਂ, ਉਹਦੇ 'ਚ ਇੱਕ ਸ਼ੇਅਰ ਹੈ ਨਾ ਕਿ ਉਹ ਦਿਲ ਨੂੰ ਦਿਲਾਸੇ ਦੇਣ ਲਈ ਝੁੱਗੀਆਂ ਦੇ ਸ਼ਹਿਨਸ਼ਾਹ, ਦਿਲ ਨੂੰ ਦਿਲਾਸੇ ਦੇਣ ਲਈ ਝੁੱਗੀਆਂ ਦੇ ਇਹ ਜਿਹੜੀਆਂ ਕੁੱਲੀਆਂ ਝੁੱਗੀਆਂ ਗਰੀਬ ਸਾਡੇ ਵਰਗੇ, ਦਿਲ ਨੂੰ ਦਿਲਾਸੇ ਦੇਣ ਲਈ ਝੁੱਗੀਆਂ ਦੇ ਸ਼ਹਿਨਸ਼ਾਹ ਪੁੱਤਰਾਂ ਨੂੰ ਰਾਜੇ ਆਖਦੇ ਧੀਆਂ ਨੂੰ ਰਾਣੀ। ਓ ਹੋ ਹੋ, ਇਹ ਇਹ ਇੱਕ ਯਾਨੀ ਇੱਕ ਰਿਦਮ ਹੈ, ਉਹਦੇ 'ਚ ਜਦੋਂ ਤੁਸੀਂ ਮਿਊਜ਼ਿਕ ਜਦੋਂ ਅਰੇਂਜ ਕੀਤਾ ਜਾਂਦਾ ਨੇ ਜੀ ਅਤੇ ਕੰਪੋਜੀਸ਼ਨ ਬਣਦੀ ਹੈ, ਫਿਰ ਲਫ਼ਜ਼ ਉੱਤੇ ਜਿਹੜੇ ਉਹ ਰੱਖੇ ਜਾਂਦੇ ਨੇ, ਉਸ ਤੋਂ ਬਾਅਦ ਉਹਦੇ 'ਚ ਫੀਲ ਪਾਈ ਜਾਂਦੀ ਹੈ ਜਿਹੜੀ ਕਿ ਅਸੀਂ ਉਸਤਾਦ ਜੀ ਅਕਸਰ ਗੱਲ ਵੀ ਕਰਦੇ ਹੁੰਦੇ, ਰਫੀ ਸਾਹਿਬ ਤੋਂ ਅਸੀਂ ਮੈਂ ਦੱਸ ਮਵੀ ਉਸਤਾਦ ਜੀ ਵੀ ਉਹਨਾਂ ਦੀ ਬਦੌਲਤ ਹੀ। ਅੱਛਾ ਉਹ ਅਸੀਂ ਸੁਣਦੇ ਹੁੰਦੇ ਕਿ ਕੰਪੋਜੀਸ਼ਨ ਵੱਡੀ ਹੈ, ਸ਼ਾਇਰੀ ਉਸ ਤੋਂ ਵੱਡੀ ਹੈ, ਅੱਗੋਂ ਸਿੰਗਰ ਉਸ ਤੋਂ ਵੱਡਾ, ਉਹਦੀ ਫੀਲ ਇਹ ਫਿਰ ਜਾ ਕੇ ਇੱਕ ਬਹੁਤ ਖੂਬਸੂਰਤ ਚੀਜ਼ ਬਣ ਗਈ। ਸਾਲ ਜ਼ਮਾਨੇ ਤੱਕ ਇਹ ਵੀ ਇੱਕ ਐਸਾ ਕੰਮ ਹੈ। ਮੈਂ ਤੁਹਾਡੀ ਉਹ ਸ਼ਾਇਰੀ ਜਿਹਦੀ ਅਸੀਂ ਹੁਣ ਗੱਲ ਕਰਾਂਗੇ ਨਾ ਜੀ, ਮੈਂ ਕਿੰਨੀ ਕੁ ਵਾਰੀ ਸੁਣੀ ਆ ਉਹ ਜਿਹੜੀ ਉਹ ਬਚਾਈ ਜੋ ਖਾਈ ਜੋ ਖਾਈ ਜੋ, ਉਹ ਇਸ ਟਾਈਪ ਦਾ ਰਦੀਪ ਕਾਫੀ ਆ, ਤੇ ਉਹ ਮੈਂ ਪਲੀਜ਼ ਸਰ ਉਹ ਕਰਾਂ ਦੇਣਾ। ਅੱਖ ਵਿੱਚ ਮਿੱਟੀ ਪਾਈ ਜਾਓ ਅੱਖ ਵਿੱਚ ਮਿੱਟੀ ਪਾਈ ਜਾਓ ਮੁਲਕ ਨੂੰ ਰਲ ਮਿਲ ਖਾਈ ਜਾਓ, ਲੱਸੀ ਸਿਹਤ ਲਈ ਚੰਗੀ ਹੈ, ਦੁੱਧ ਵਿੱਚ ਪਾਣੀ ਪਾਈ ਜਾਓ, ਲੱਸੀ ਸਿਹਤ ਲਈ ਚੰਗੀ ਹੈ, ਦੁੱਧ ਵਿੱਚ ਪਾਣੀ ਪਾਈ ਜਾਓ, ਦੁੱਧ ਵਿੱਚ ਪਾਣੀ ਪਾਈ ਜਾਓ ਪਾਈ ਜਾਓ ਪਾਈ ਜਾਓ, ਔਰ ਦੋ ਤਿੰਨ ਬਾਲ ਤੇ ਸਿਰ ਤੇ ਰਹਿ ਗਏ ਫਿਰ ਵੀ ਕੰਘੀ ਵਾਹੀ ਜਾਓ, ਵਾਹ ਵਾਹ ਵਾਹ, ਔਰ ਯੂਨੀਵਰਸਿਟੀ ਪੜ੍ਹਨੇ ਜਾਣਾ ਦੋ ਦੋ ਘੰਟੇ ਨਹਾਈ ਜਾਓ, ਔਰ ਦਿਲ ਦੇ ਬੂਹੇ ਕੁੜੀਆਂ ਲਈ ਨੇ ਇੱਕ ਇੱਕ ਕਰਕੇ ਆਈ ਜਾਓ, ਉਹ ਮੇਰੇ ਮਾਮਾ ਵਾਰੇ ਵਾਰੇ ਵਾ, ਦਿਲ ਦੇ ਬੂਹੇ ਕੁੜੀਆਂ ਲਈ ਨੇ, ਕੁੜੀਆਂ ਲਈ ਨੇ ਉਹ ਇੱਕ ਇੱਕ ਕਰਕੇ ਕਿੱਦਾਂ ਤੁਸੀਂ ਅੱਖ ਵਿੱਚ ਮਿੱਟੀ ਪਾਤੀ ਔਰ ਇੰਨੀ ਖੂਬਸੂਰਤ ਇਹਦੇ ਚ ਮੈਸੇਜ ਵੀ ਤੇ ਅਸਲ ਤਨਜ਼ੋ ਮਜ਼ਾਕ ਜਿਹੜਾ ਨਾ ਜੇ ਵੇਖਿਆ ਜਾਵੇ ਨਾ, ਮੈਂ ਤੁਹਾਡੀ ਗਜ਼ਲ ਸੁਣਨ ਤੋਂ ਬਾਅਦ ਇਹ ਨਜ਼ਮ ਸੁਣਨ ਤੋਂ ਬਾਅਦ ਮੈਂ ਰਿਲਾਈਜ਼ ਕੀਤਾ ਕਿ ਤਨਜ਼ ਔਰ ਮਜ਼ਾਕ ਜਿਹੜਾ ਅਸੀਂ ਅਕਸਰ ਜੁਮਲਾ ਯੂਜ਼ ਕਰਨੇ ਜਾਂ ਪੜ੍ਹਨੇ ਆ ਕਿਤਾਬਾਂ ਉਹ ਇਹ ਵਾ
ਅੱਖ ਵਿੱਚ ਮਿੱਟੀ ਪਾਈ ਜਾਓ, ਪਾਈ ਜਾਓ ਮੁਲਕ ਨੂੰ ਰਲ ਮਿਲ, ਮੁਲਕ ਨੂੰ ਰਲ ਮਿਲ ਖਾਈ ਜਾਓ, ਫਿਰ ਜਾ ਕੇ ਇਹ ਤੰਸ ਬਲਾ। ਖੈਰ ਅਹਿਮਦ ਸਾਹਿਬ ਮਾਸ਼ਾਅੱਲਾ ਬਹੁਤ ਖੂਬਸੂਰਤ ਤੁਸੀਂ ਜੋ ਵੀ ਲਿਖ ਰਹੇ ਹੋ ਮੈਨੂੰ ਪਸੰਦ ਹੋ ਤੁਸੀਂ, ਅੱਲਾ ਪਾਕ ਤੁਹਾਨੂੰ ਤੰਦਰੁਸਤੀ ਸਿਹਤ ਦੇਵੇ। ਅੱਛਾ ਸਰ ਤੁਸੀਂ ਕਿੰਨਾ ਤੋਂ ਮੁਤਾਸਰ ਹੋ ਸੰਜੀਦਾ ਸ਼ੋਰਾ ਗ੍ਰਾਮ? ਬਹੁਤ ਸਾਰੀ ਸ਼ੋਰਾ ਗ੍ਰਾਮ ਹੋ ਗਈ, ਢਾਈ 300 ਦਾ ਨਾਂ ਦੱਸ ਦਿਓ ਵਿੱਚੋਂ ਵਿੱਚੋਂ ਦੱਸ ਥੋੜ੍ਹਾ ਜਿਹਾ। ਮਤਲਬ ਜਿਹੜੇ ਹੈ ਨੇ ਜੋਨ ਸਾਹਿਬ ਹੈ, ਅੱਛਾ ਜੀ ਜੋਨ ਸਾਹਿਬ ਵੋ ਯੇ ਦੌਲਤ ਵੀ ਯੇ ਜਾਜ਼ਬੀਅਤ ਵੀ ਦੌਲਤ ਹੀ ਕੀ ਪਰਵਰਦਾ, ਯੇ ਲੜਕੀ ਫਾਕਾ ਕਸ਼ਮੀਰੀ ਤੋਂ ਬਦਸੂਰਤ ਪਰਦਾ। ਨਜ਼ਮ ਦੀ ਗੱਲ ਕਰੀਏ, ਨੀਚੇ ਤੇਰੀ ਗਲੀ ਮੇ ਤੇਰੇ ਦਰ ਕੇ ਆ ਗਏ, ਮੈਂ ਸੁਫਤਾ ਸਰ ਹਸਨ ਕੁਜ਼ਾ ਕਰ ਜ਼ਿੰਦਗੀ ਤੋਂ ਤੁਮ ਕੇ ਵਾਲੇ ਕੁੜੀ ਜ਼ਿੰਦਗੀ ਸੇ ਡਰਤੇ। ਅਰੇ ਵਾਹ ਵਾਹ ਮੁਨੀਰ ਸਾਹਿਬ ਦੀ, ਮੈਂ ਕਿਹਾ ਨਜ਼ਮ ਜਿਹੜੀ ਹੈ ਨਾ ਤੇ ਹਮੇਸ਼ਾ ਦੇਰ ਕਰਦੀ। ਹਾਏ ਹਾਏ ਅਰੇ ਵਾਹ, ਉਹ ਫਿਰ ਪੰਜਾਬੀ ਦਾ ਉਹਨਾਂ ਦਾ ਜਿਹੜੀ ਉਹ ਹੈ ਵਾ ਕਿ ਕੁਝ ਉਂਝ ਵੀ ਰਹਾਂ ਔਖੀਆਂ ਸਨ। ਹਾਂਜੀ 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 ਗੱਲ ਵਿੱਚ ਰਹਿੰਦਾ ਪਿਆ। ਹਾਂ ਹਾਂ ਸ਼ਹਿਰ ਦੇ ਲੋਕ ਵੀ ਸਾਨੂੰ ਬੜਾ ਪਸੰਦ ਇਹ ਕੈਸੇ ਖੂਬਸੂਰਤ ਅਮਰ ਹੋਈਆਂ ਗੱਲਾਂ ਨੇ ਬੜਾ, ਯਾਨੀ ਅੱਜ ਤੱਕ ਲੋਕਾਂ ਨੂੰ ਬਹੁਤ ਸਾਰੇ ਮੋਸਟਲੀ ਲੋਕਾਂ ਦੇ ਕੰਨਾਂ ਤੱਕ ਅੱਜ ਤੱਕ ਇਹ ਗੱਲਾਂ ਪਹੁੰਚੀਆਂ ਔਰ ਯਾਦ ਰਹਿ ਗਈਆਂ। ਇਹ ਜਿਹੜੀ ਕਿਸੇ ਦੀ ਗੱਲ ਯਾਦ, ਇੱਕ ਲਾਈਨ ਸਰ ਤੁਹਾਡੀ ਦਿੱਤੀ ਹੋਈ ਕਿਸੇ ਦੇ ਜ਼ਿਹਨ ਨਸ਼ੀਨ ਹੋ ਜਾਣਾ, ਇਹ ਬੜਾ ਵੱਡਾ। ਅੱਛਾ ਸਰ ਇੱਕ ਸਵਾਲ ਹੈ ਇਹਦੇ, ਮੈਂ ਇਹਦੇ ਕਰ ਲੈਣਾ ਕਿ ਫੈਜ਼ ਸਾਹਿਬ ਦੀਆਂ ਔਰ ਇਕਬਾਲ ਦੀ ਨਜ਼ਮਾਂ ਜਿਹੜੀਆਂ ਹੈ, ਫੈਜ਼ ਸਾਹਿਬ ਦੀਆਂ ਤਾਂ ਬਹੁਤ ਸਾਰੀਆਂ ਨਜ਼ਮਾਂ ਜਿਹੜੀਆਂ ਉਹ ਗਾਈਆਂ ਵੀ ਗਈਆਂ ਕਿ ਮੁਝਸੇ ਪਹਿਲੀ ਸੀ ਮੁਹੱਬਤ ਮੇਰੇ ਨਾਲ, ਕਹਤੇ ਤਨਹਾਈ ਮੈਂ ਔਰ ਬੇਸ਼ੁਮਾਰ। ਇਸੇ ਤਰ੍ਹਾਂ ਜਿਹੜਾ ਇਕਬਾਲ ਸਾਹਿਬ ਦਾ ਬਹੁਤ ਸਾਰਾ ਨਜ਼ਮਾਂ ਕਲਾਮ ਬਹੁਤ। ਅੱਛਾ ਸਰ ਇੱਕ ਸਵਾਲ ਹੈ ਕਿ ਜਿਹੜਾ ਮੋਸਟਲੀ ਕੀਤਾ ਜਾਂਦਾ ਦੱਸਿਆ ਜਾਂਦਾ ਸ਼ੋਰਾ ਕਰਾਮ ਜਿਹੜੇ ਨੇ ਕਹਿੰਦੇ ਨੇ ਕਿ ਜਿਹੜੇ ਅਸਲ ਸ਼ਾਇਰ ਹੋਏਗਾ ਉਹ ਬੜਾ ਮੁਫਲਿਸ ਹੋਏਗਾ, ਗਰੀਬ ਹੋਏਗਾ, ਵਟ ਰੀਜ਼ਨ ਐਸਾ ਹੈ? ਕੋਈ ਨਹੀਂ, ਤੁਸੀਂ ਹੁਣ ਇਕਬਾਲ ਸਾਹਿਬ ਦਾ ਨਾਮ ਲਿਆ ਸ਼ਾਇਰ ਅਲਾਮਾ ਇਕਬਾਲ, ਫੈਜ਼ ਅਹਿਮਦ, ਫੈਜ਼ ਅਹਿਮਦ ਫਰਾਜ਼, ਮੁਨੀਰ ਨਿਆਜ਼ੀ, ਬਟ ਐਸੇ ਨਾਸਿਰ ਕਾਜ਼ਮੀ, ਬੜੇ ਬੜੇ ਸ਼ੋਰਾ ਦੇ ਨਾਮ ਲੈ ਲਏ। ਈਵਨ ਅਸੀਂ ਗਲਬ ਤੇ ਵੀ ਕਹਿੰਦੇ, ਗਲਬ ਤੋਂ ਬਹੁਤ ਆਪਣੇ ਨਵਾਬ ਸੀ ਉਹ ਤੇ ਜੰਗੇ ਆਜ਼ਾਦੀ ਤੋਂ ਬਾਅਦ ਉਹ ਹਾਲਾਤ ਜਿਹੜੇ ਅੰਗਰੇਜ਼ਾਂ ਦੀ ਵਜ੍ਹਾ ਨਾਲ ਥੋੜ੍ਹਾ ਜਿਹਾ ਮਾਮਲਾ ਬੜੇ ਉਹ ਵੀ ਇਸ ਤਰ੍ਹਾਂ ਸੀ, ਲੇਕਿਨ ਉਹ ਇਹ ਹੈ ਕਿ ਜਿਹੜੇ ਸ਼ਾਇਰ ਹੈ ਪ੍ਰੋਮੀਨੈਂਟ ਤਬਕਾ ਹੁੰਦਾ ਬਹੁਤ ਜ਼ਿਆਦਾ, ਉਹਨਾਂ 'ਚੋਂ ਕੋਈ ਮਤਲਬ
ਮੁਨਾਸਿਬ ਸ਼ਾਇਦ ਨਹੀਂ ਸਮਝਦੇ ਸੀ ਪੈਸੇ ਲੈਣ, ਲੇਕਿਨ ਅੱਜ ਦੇ ਦੌਰ ਦੇ ਵਿੱਚ ਠੀਕ ਵੀ ਹੈ ਕਿ ਸ਼ਾਇਦ ਪੈਸੇ ਲੈਂਦੇ ਨੇ, ਯੂਨੀਵਰਸਿਟੀ ਕਾਲਜਿਸ ਜਾਂ ਟੀ ਵੀ ਚੈਨਲਾਂ 'ਤੇ ਜਾਂਦੇ ਨੇ ਉੱਥੇ ਪੈਸੇ ਵੀ ਲੈਂਦੇ ਨੇ, ਉਹਦੀ ਵਜ੍ਹਾ ਨਾਲ ਉਹ ਤੁਸੀਂ ਵੀ ਲੈਂਦੇ ਕਿੰਨੇ ਲੈਂਦੇ ਸਰ ਮੈਨੂੰ ਦੱਸ ਦਿਓ ਪੈਸਾ ਪਤਾ ਕੀ ਹੈ ਅੱਛਾ ਸਰ ਪਲੀਜ਼ ਕੁਛ ਮਜ਼ੀਦ ਜੀ ਅਤੇ ਮੈਂ ਚਾਹ ਰਿਹਾ ਕੁਛ ਨਹੀਂ ਚੀਜ਼ ਸੁਣਾ ਦਿੱਤੀ ਹੈ ਜੀ ਪਲੀਜ਼ ਬਿਲਕੁਲ ਸਾਹਿਬ ਸਾਹਿਬ ਕਿ ਹਾਲ ਅਬ ਕਹਾਂ ਖੁਲਤਾ ਹਾਲ ਦਿਲ ਸੁਣਾਨੇ ਸੇ ਹਾਲ ਅਬ ਕਹਾਂ ਖੁਲਤਾ ਹਾਲ ਦਿਲ ਸੁਣਾਨੇ ਸੇ ਤੂੰ ਮਗਰ ਇਜਾਜ਼ਤ ਦੋ ਛੇਲੂ ਬਹਾਨੇ ਸੇ ਅੱਛਾ ਹੈ ਭਾਈ ਅੱਛਾ ਹੈ ਭਾਈ ਹਾਲ ਦਿਲ ਸੁਣਾਨੇ ਸੇ ਤੂੰ ਮਗਰ ਇਜਾਜ਼ਤ ਦੋ ਛੇੜ ਨੂੰ ਬਹਾਨੇ ਸੇ ਯਾਰ ਕਿਆ ਡੀਸੈਂਟ ਟਰਕੀ ਹੈ ਯਾਰ ਅੱਛਾ ਇਨਕਾ ਆਪਕੀ ਤਰ੍ਹਾਂ ਇਨਕਾ ਆਪਣੀ ਬੇਗਮ ਸੇ ਸਾਥ ਇਸ ਤਰ੍ਹਾਂ ਕਾ ਹੈ ਹੱਸ ਦੀਏ ਹਸਾਨੇ ਸੇ ਰੋ ਦੀਏ ਰੁਲਾਨੇ ਸੇ ਯਾਰ ਗੱਸਵੇ ਕਿਤੇ ਤੁਸੀਂ ਨਾ ਮੇਰੇ ਕੋਲੋਂ ਦੀ ਲੰਘ ਗਏ ਹੋ ਇਨਕਾ ਆਪਣੀ ਬੇਗਮ ਸੇ ਇਹਨਾਂ ਕੋ ਪਤਾ ਕਰ ਸਾਥ ਇਸ ਤਰ੍ਹਾਂ ਕਾ ਹੈ ਵੈਸੇ ਜਾਨੀ ਭਾਈ ਨੂੰ ਵੀ ਡੈਡੀਕੇਟ ਹੋ ਸਕਦਾ ਵਾਹ ਜੀ ਵਾਹ ਇਨਕਾ ਆਪਣੀ ਬੇਗਮ ਸੇ ਸਾਥ ਇਸ ਤਰ੍ਹਾਂ ਕਾ ਹੈ ਹਾਂ ਹੱਸ ਦੀਏ ਹਸਾਨੇ ਸੇ ਰੋ ਦੀਏ ਵੈਸੇ ਹਾਲ ਇੱਧਰ ਵੀ ਇਹੀ ਹੈ ਇਹ ਨਾ ਕਹੋ ਇੱਥੇ ਕਿੰਨੇ ਕਮੈਂਟ ਕਰਕੇ ਕਹਿਣਾ ਸਾਡਾ ਵੀ ਇਹੀ ਹੈ ਦਿਨ ਵੋ ਥੇ ਕਿ ਜਬ ਹਮ ਤੋ ਈਦ ਪਰ ਨਹਾਤੇ ਦਿਨ ਵੋ ਥੇ ਜਬ ਹਮ ਤੋ ਈਦ ਪਰ ਨਹਾਤੇ ਕੌਣ ਬਾਜ਼ ਆਤਾ ਹੈ ਰੋਜ਼ ਅਬ ਨਹਾਨੇ ਸੇ ਦਿਨ ਵੋ ਥੇ ਜਬ ਹਮ ਤੋ ਈਦ ਪਰ ਨਹਾਤੇ ਥੇ ਕੌਣ ਬਾਜ਼ ਆਤਾ ਹੈ ਰੋਜ਼ ਅਬ ਨਹਾਨੇ ਸੇ ਉਹ ਦੇਖ ਲੇ ਤੇਰੀ ਆਂਖੇ ਕਤਲ ਕਰ ਰਹੀ ਜਾਨਾ ਦੇਖ ਲੇ ਤੇਰੀ ਆਂਖੇ ਕਤਲ ਕਰ ਰਹੀ ਜਾਨਾ ਤੂੰ ਵੀ ਬਾਜ਼ ਆਈ ਨਾ ਗੋਲੀਆਂ ਚਲਾਨੇ ਹਾਏ 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 ਵਾਹ ਦੇਖ ਲੇ ਤੇਰੀ ਆਂਖੇ ਕਤਲ ਕਰ ਰਹੀ ਜਾਨਾ ਤੂੰ ਵੀ ਬਾਜ਼ ਆਈ ਨਾ ਗੋਲੀਆਂ ਚਲਾਨੇ ਸੇ ਹਾਲ ਅਬ ਕਹਾਂ ਖੁਲਤਾ ਹਾਲ ਦਿਲ ਸੁਣਾਨੇ ਸੇ ਤੂੰ ਮਗਰ ਇਜਾਜ਼ਤ ਦੋ ਸ਼ੇਰ ਨੂੰ ਬਹਾਨਾ ਅਰੇ ਵਾਹ ਅੱਛਾ ਉਹ ਕਤਲ ਵਾਲਾ ਸ਼ੇਰ ਜਦ ਥਾ ਜੀ ਦੇਖ ਲੇ ਤੇਰੀ ਆਂਖੇ ਕਤਲ ਕਰ ਰਹੀ ਜਾਨਾ ਤੂੰ ਵੀ ਬਾਜ਼ ਆਈ ਨਾ ਗੋਲੀਆਂ ਚਲਾਨੇ ਸੇ ਅੱਛਾ ਅਹਿਮਦ ਸਾਹਿਬ ਇੱਕ ਗੱਲ ਹੈ ਸ਼ਾਇਰਾਂ ਨੇ ਹਮੇਸ਼ਾ ਔਰਤ ਦੀ ਮਤਲਬ ਸ਼ਖਸੀਅਤ ਤੇ ਬਹੁਤ ਕੁਛ ਲਿਖਿਆ ਵਾ ਫੀਮੇਲ ਸ਼ਾਇਰਾਂ ਨੇ ਕਿਉਂ ਨਹੀਂ ਲਿਖਿਆ ਮਰਦ ਦੇ ਪਰ ਮੈਂ ਲੋਕਾਂ ਦੇ ਮੈਂ ਬੜਾ ਰੋਣਾ ਵਾ ਕਿ ਯਾਰ ਕਦੀ ਔਰਤ ਨੂੰ ਚਾਹੀਦਾ ਵਾ ਕਿ ਲਿਖੇ ਕਿ ਮੇਰੇ ਮਾਹੀਏ ਦਾ ਸੁੰਨ ਬੜਾ ਤਗੜਾ ਹੈ ਜਾਂ ਮੇਰੇ ਮਾਹੀਏ ਦੇ ਠੁੱਡੇ ਤੋਂ ਮੈਂ ਵਾਰੀ ਜਾਵਾਂ ਏਦਾਂ ਕਦੀ ਹੋਇਆ ਵਾ ਨਹੀਂ ਮਜ਼ਾ ਮੈਂ ਬਹੁਤ ਹੀ ਆਪ ਤੋਂ ਕੰਮ ਸ਼ਾਇਰਾ ਜੋ ਹੈ ਨਾ ਸ਼ਾਇਰਾ ਦਿੰਦੀਆਂ ਨੇ ਤੇ ਅਗਰ ਸੰਜੀਦਾ ਦੇ ਵਿੱਚ ਦੇਖੋ ਤਾਂ ਬਿਲਕੁਲ ਲਿਖਿਆ ਵਾ ਪ੍ਰਵੀਨ ਸ਼ਾਕਰ ਨੇ ਬਹੁਤ ਸਾਰੀ ਸ਼ਾਇਰੀ ਮਰਦਾਂ ਦੇ ਹਵਾਲੇ ਨਹੀਂ ਸਰ ਤੇ ਉਸਨੇ ਗਲਤੀ ਹੋਈ ਪੇਸ਼ਾਨੀ ਪੇ ਜਬ ਹੱਥ ਰੱਖਾ ਹਾਂਜੀ ਰੂਹ ਤੇ ਫੈਲ ਗਈ ਕਾਸੀ ਸੀ ਆਈ ਕਿ ਉਹ ਨਰੀ ਬਾਤ ਆ ਉਹ ਫੀਮੇਲ ਸੀ ਨਹੀਂ ਨਹੀਂ ਸਾਰੇ ਇੱਥੇ ਫੀਮੇਲ ਇਨ ਮੇਲ ਪੜਨ ਦੇ ਹੋਵੇ ਫੀਮੇਲ ਕਿੱਥੇ ਗਿਆ ਉਹਨੇ ਉਸਨੇ ਜਲਤੀ ਹੋਈ ਜਿਹੜਾ ਬੰਦਾ ਨਾ ਉਸਨੇ ਜਲਦੀ ਹੋਈ ਮੇਰੇ ਘਰ ਦੇ ਨੇ ਜਲਦੀ ਹੋਈ ਚੱਲ ਇੱਥੇ ਕਿਤੇ ਨਹੀਂ ਗਿਆ ਉਹ ਜਿਹੜਾ ਮੁੰਡਾ ਨਹੀਂ ਸੀ ਉਹ ਸੈੱਟ ਹੋ ਗਿਆ ਉਸਨੇ ਜਲਦੀ ਹੋਈ ਇੱਥੇ ਕਿਤੇ ਨਹੀਂ ਲਿਖਿਆ ਹੁੰਦਾ ਉਹ ਨਾ ਸਿੱਧਾ ਗਿਆ ਉਸਨੇ ਜਲਦੀ ਹੋਈ ਉਸਨੇ ਮਤਲਬ ਉਹ ਕਿਸੇ ਨੇ ਵੀ ਭਾਵੇਂ ਲੇਲੀ ਦਾ ਇੱਥੇ ਕਰਕੇ ਫੋਰ ਰਖਵਾ ਲਓ ਤੌਰ ਦੇ ਵਿੱਚ ਜਿਹੜਾ ਹੈ ਨਾ ਉਹ ਮੋਨਸ ਨੇ ਮੁਸੱਕਰ ਦਾ ਸੀਗਾ ਇਸਤੇਮਾਲ ਨਹੀਂ ਕੀਤਾ ਸਾਨੂੰ ਤੇ ਜ਼ਰੂਰਤ ਹੈ ਨਾ ਇਸ ਦੌਰ ਦੇ ਵਿੱਚ ਜਿਹੜਾ ਮੋਨਸ ਦਾ ਸੀਗਾ ਲੋਕ ਇਸਤੇਮਾਲ ਕਰਦੇ ਤੁਹਾਨੂੰ ਮੋਨਸ ਲਾਈ ਤੇ ਥੋੜੀ ਜ਼ਰੂਰਤ ਹੈ ਅਸੀਂ ਭਾਜੀ ਕਹਿ ਰਹੇ ਹਾਂ ਕਿ ਇਹਦੇ ਬਾਰੇ ਚ ਪ੍ਰੋਟੈਸਟ ਹੋਣਾ ਚਾਹੀਦਾ ਇਤਜਾਜ ਹੋਣਾ ਚਾਹੀਦਾ ਮਰਦਾਂ ਦਾ ਕਿ ਭਾਜੀ ਹਾਂ ਮੈਂ ਕਰਨਾ ਵਾ ਕਿ ਯਾਰ ਦੇਖ ਲਓ ਉਹ ਘਟਾਓ ਜੈਸੀ ਜ਼ੁਲਫੇ ਪੰਖੜੀ ਜੈਸੇ ਹੋਂਟ
ਗੁਲਾਬੀ ਗਾਲ ਠੀਕ ਹੈ ਜੀ ਤੇ ਉਹਦੀ ਹਰਨੀ ਜੈਸੀ ਚਾਰ ਇੰਨਾ ਕੁਛ ਸਾਡੀ ਹੁੰਦਾ ਨਹੀਂ ਨਾ ਸਾਡੇ ਸਾਰਾ ਕੁਝ ਯਾਦ ਤੇਰੀ ਗੱਲ ਕਰੋ ਦੱਸੋ ਮੈਨੂੰ ਕਿ ਤੁਹਾਡੀਆਂ ਜ਼ੁਲਫਾਂ ਹੁੰਦਾ ਹੈ ਮਤਲਬ ਕੇ ਕਿੱਡਾ ਸੋਹਣਾ ਉਹਦਾ ਗਿੱਟਾ ਇਹਦੇ ਤੇ ਇਸ਼ਾਰੀ ਹਾਏ ਚੰਨ ਵਰਗੇ ਗਿੱਟੇ ਵਾਲਿਆ ਹਾਂਜੀ ਏਦਾਂ ਨੀ ਹੁੰਦਾ ਚੰਨ ਵਰਗੇ ਆ ਫਲਾਣੇ ਆ ਸਾਰੇ ਮੈਂ ਕਹਿੰਦਾ ਵਾ ਕਿ ਔਰਤ ਦੀ ਸ਼ਖਸੀਅਤ ਦੀ ਔਰਤ ਦੀ ਆਹੋ ਤੇ ਉਹ ਕਹਿ ਦਿੱਤਾ ਨੂਰਜਾ ਨੂੰ ਮੈਡਮ ਨੇ ਉਹਨਾਂ ਨੂੰ ਕੌਣ ਰੋਕ ਸਕਦਾ ਉਹਨਾਂ ਨੇ ਕਹਿ ਦਿੱਤਾ ਸਭ ਤੋਂ ਸੋਹਣੇ ਆਏ ਵੇ ਮਨਮੋਹਣੇ ਤੇ ਰੰਗੀਲਾ ਸਾਹਿਬ ਨੂੰ ਵੀ ਕਿਹਾ ਗਿਆ ਗੱਲ ਇਹ ਹੈ ਕਿ ਅਸੀਂ ਇਸ ਗੱਲ ਦੇ ਬਾਰੇ ਚ ਯਾਰ ਔਰਤ ਉਹਦੀ ਇੱਕ ਸ਼ਖਸੀਅਤ ਆ ਉਹਦੀ ਇੱਕ ਖਤੋ ਖਾਲ ਨੇ ਤੁਸੀਂ ਬਿਲਕੁਲ ਹੀ ਔਰਤ ਨੂੰ ਕੱਢ ਦਿੱਤਾ ਉਹ ਵਿੱਚੋਂ ਹੋਰ ਜੀ ਸ਼ਾਇਦ ਨਿਕਲ ਆਉਂਦੀ ਜਦੋਂ ਕਹਿੰਦਾ ਨਾ ਹਿਰਨੀ ਜੈਸੇ ਉਸਕੇ ਬਰੂਏ ਤਕਾਫੁਲ ਮੇ ਹੈ ਪੰਖੜੀਏ ਗੁਲਬੱਲੇ ਗੁਲਬਦਨੇ ਸ਼ਬਾਕੇ ਜ਼ੁੰਬਰੇ ਬੰਬਲਾ ਤੇ ਬੁੰਬਲਾ ਤੇ ਖਰੇ ਮੈਂ ਕਹਿੰਦਾ ਇੰਨੀ ਸ਼ਾਇਰੀ ਉਹ ਮਾਨ ਸਾਹਿਬ ਉਹਨੇ ਕਿਹਾ ਸੀ ਉਹਨੇ ਕਿ ਯਾਰ ਮੈਂ ਅਕਸਰ ਸ਼ਾਇਰਾਂ ਤੋਂ ਪਰੇਸ਼ਾਨ ਹੁੰਦਾ ਕਿਹਦਾ ਕਸਮ ਇਹ ਔਰਤ ਖੂਬਸੂਰਤੀ ਦਾ ਇਸ਼ਤਾਰਾ ਸਰ ਇਸ਼ਤਾਰਾ ਮਰਦ ਕਿਉਂ ਨਹੀਂ ਮੈਨੂੰ ਯਾਰ ਏਦਾਂ ਕਹਿਣਾ ਕਿ ਤੁਹਾਰੀ ਮੂੰਛ ਕੇ ਹਰ ਇੱਕ ਬਾਲ ਤੇ ਮੇਰੀ ਜਾਨ ਕੁਰਬਾਨ ਏਦਾਂ ਕਿਉਂ ਨਹੀਂ ਕਿਹਾ ਗਿਆ ਮਤਲਬ ਕਿੱਥੇ ਮੇਰਾ ਜਿਸਮ ਮੇਰੀ ਮਰਜ਼ੀ ਵਾਲੀ ਕਹਾਣੀ ਚੱਲੀ ਸੀ ਨਾ ਉੱਥੇ ਇਹ ਵੀ ਮਤਲਬ ਮਰਦ ਨੂੰ ਚਾਹੀਦਾ ਕਿ ਆਪਣੇ ਬਾਰੇ ਚ ਵੀ ਕੋਈ ਗੱਲ ਕਰੇ ਯਾਰ ਮਰਦ ਵਾਤ ਅੱਛਾ ਜੀ ਖੈਰ ਪਲੀਜ਼ ਕੁਛ ਮਜ਼ੀਦ ਅਤਾ ਕਰੇ ਪੈਂਟ ਕੋਟ ਸਾਰਾ ਕੁਛ ਨਿਦਾਮ ਤੁਹਾਨੂੰ ਲੱਗੇਗਾ ਕੋਈ ਸਾਇੰਸ ਦਾ ਕੋਈ ਪ੍ਰੋਫੈਸਰ ਟੈਪ ਤੇ ਅੱਗੋ ਸ਼ੇਰ ਕਹਿੰਦਾ ਇਸੇ ਪਹਿਲੇ ਕਿ ਜਿਸ ਸਹੇਲੀ ਕਾ ਹਮ ਸੇ ਜ਼ਿਕਰ ਕਰੇ ਮੇਰੇ ਹੱਕ ਵਿੱਚ ਦੁਆ ਕਰੇ ਮੇਰੇ ਹੱਕ ਵਿੱਚ ਦੁਆ ਕਰੇ ਤਾਂ ਕਿ ਮੇਰੇ ਨਾਲ ਵਿਆਹ ਕਰੇ ਕਿਨਵਾ ਖੁਦਾ ਕਰੇ ਕੋਈ ਔਰ ਚਾਰ ਕੁੜੀਆਂ ਨਾਲ ਪਿਆਰ ਹੈ ਇਹਨੂੰ ਬੋਲੋ ਹਜ਼ਾਰ ਕਰੇ ਕੋਈ ਮਾਜ਼ਰਤ ਵੀ ਤੁਹਾਡੇ ਕੋਲ ਸਿਰਫ ਸ਼ਾਇਰੀ ਕੀਤੇ ਪਿਆਰ ਹੈ
ਇਹਨੂੰ ਬੋਲੋ ਹਜ਼ਾਰ ਕਰੇ ਹਜ਼ਾਰ ਕਰੇ, 5 ਸਾਲਾਂ ਚ 5 ਹੀ ਬੱਚੇ ਨੇ, ਹੋਰ ਕਿੰਨੀ ਵਫਾ ਕਰੇ ਕਥਾ ਸੁਣਾਉਂਦੇ ਜਾਈਏ ਕਿ ਦੀਵਾਰੋਂ ਸੇ ਬਾਤੇ ਕਰਨਾ ਅੱਛਾ ਲੱਗਦਾ, ਹਮ ਵੀ ਸ਼ਾਦੀ ਕਰਵਾ ਲੇਂਗੇ ਐਸਾ ਦੀਵਾਰੋਂ ਸੇ ਬਾਤੇ ਕਰਨਾ ਅੱਛਾ ਲੱਗਤਾ ਹੈ, ਹਮ ਵੀ ਸ਼ਾਦੀ ਕਰਵਾ ਲੇਂਗੇ ਐਸਾ ਲੱਗਤਾ ਹੈ, ਔਰ ਸ਼ਾਦੀ ਕਰਕੇ ਦੁਨੀਆ ਕੋ ਦਿਖਲਾਨਾ ਚਾਹਤਾ, ਬੰਦਾ ਬਾਂਦਰ ਹੋ ਜਾਏ ਤੋ ਕੈਸਾ ਲੱਗਤਾ, ਬੰਦਾ ਬਾਂਦਰ ਹੋ ਜਾਏ ਤੋ ਕੈਸਾ ਲੱਗਤਾ। ਵਾਰੇ ਵਾਹ ਵਾਰੇ ਵਾਹ। ਅੱਛਾ ਸਰ, ਮੇਰੇ ਕੋਲ ਇੱਕ ਸ਼ਾਇਰੇ ਮੁਸ਼ਰਕ ਵਾ, ਮੇਰੇ ਕੋਲ ਇੱਕ ਸ਼ਾਇਰੇ ਮੁਨਾਫਕ ਆ, ਮੈਂ ਪੇਸ਼ੇ ਖਿਦਮਤ ਕਰਨਾ। ਉਹ ਕਹਿੰਦਾ ਮੈਂ ਨਾ ਸਿੱਖਣਾ ਵਾ ਸ਼ਾਇਰੀ ਦਾ ਕੋਈ ਹਿਸਾਬ ਕਿਤਾਬ। ਕਹਿੰਦਾ ਮੈਂ ਪਾਨੇ ਵਾਲਾ, ਉਹਨੇ ਉਹ ਦਸਤਾ ਜਿਹਾ ਉਹ ਲਿਆ ਵਾ ਟੂਲ ਵਾਲਾ ਸਾਰਾ ਆਪਣਾ ਬੋਕਸ, ਅਤੇ ਉਹ ਇੱਥੇ ਫਿਰਨ ਡਿਆ ਕਿਤੇ, ਅਤੇ ਅਸੀਂ ਉਹਨੂੰ ਬੁਲਾਈਏ ਜ਼ਰਾ ਇੱਕ ਮਿੰਟ ਲਈ, ਸਿਰਫ ਉਹਦੀ ਇੱਕ ਅੱਧੀ ਗਜ਼ਲ ਸੁਣ ਕੇ ਉਹਨੂੰ ਤੁਸੀਂ ਜੋ ਵੀ ਮਤਲਬ ਤੁਹਾਡੇ ਕੋਲ ਹੋ ਸਕਿਆ ਜਿੰਨੀ ਹੋ ਸਕਿਆ ਹਸਬੇ ਤੁਸੀਂ ਚੁਪੇੜ ਮਾਰ ਦਿੱਤਾ। ਜੀ ਜੀ ਪਲੀਜ਼ ਆਪ ਇੱਧਰ ਤੁਸੀਂ ਗਏ ਜੀ, ਤਸ਼ਰੀਫ ਰੱਖੀਏ ਤਸ਼ਰੀਫ। ਇਹ ਸਾਰੇ ਬੜਾ ਅੱਛਾ ਸ਼ਾਇਰ ਹੈ, ਜ਼ਰਾ ਤੁਸੀਂ ਇਹ ਕੀ ਨਾਮ ਹੈ ਜੀ ਤੁਹਾਡਾ, ਦੱਸੋ ਨਾਮ ਜੀ। ਕਿਬਲਾ ਮੇਰਾ ਇਸ ਮੁਸ਼ਰੀਫ ਹੈ ਫਖੀ ਮੁਸ਼ੀ, ਸੱਚੀ ਮੁੱਛੀ ਜੀ ਫਖੀ ਕੀ ਜੀ ਫਖੀ ਮੁਸ਼ੀ ਕਹਿੰਦਾ ਫਖੀ ਫਖੀ ਹੈ ਜਿਹੜੀ ਗੱਲ ਫਖੀ। ਹਾਂਜੀ ਅੱਛਾ ਜੀ, ਮੈਂ ਕਿਬਲਾ ਮੈਂ ਅਰਜ਼ ਕਰਨਾ ਚਾਹਤਾ ਹੂੰ ਕਿ ਰੰਗਾਂ ਦੀ ਮਜਬੂਰੀ ਰਹਿ ਗਈ ਤਾਂ ਤਸਵੀਰ ਅਧੂਰੀ ਰਹਿ ਗਈ। ਓਹੋ ਕਿਆ ਕਹਿਣੀ, ਰੰਗਾਂ ਦੀ ਇੱਕ ਮਿੰਟ ਇਧਰ ਨੂੰ ਵੇਖ ਕੇ ਨਾ ਤੁਸੀਂ ਇਹ ਸੁਣਾ ਰਹੇ ਜੀ ਕਿਉਂ ਲੋ ਜੀ ਭਾਜੀ, ਰੰਗਾਂ ਦੀ ਮਜਬੂਰੀ ਰਹਿ ਗਈ ਤੇ ਆ ਗੋ ਭਾਈ ਕਿਹੜਾ ਵਾ ਤੇਰੇ, ਲੱਖ ਦੀ ਲੱਖੇ ਮੁਸ਼ੀਅਮ ਓਏ ਫਿਟੇ ਮੂੰਹ ਮੁਸ਼ੀਅਮ ਤੇਰੇ ਤੇ ਆ ਲਿਖਿਆ ਵਾ ਫੋਰਸ ਆ ਪਤਾ ਨੀ ਕੀ ਆ ਡਲਾਈ ਡਲਾਮਾ ਸਬੈਜ, ਇਹ ਕੌਣ ਆ? ਇਹ ਕਿਬਲਾ ਇਹ ਹਮਾਰੇ ਦਾਦਾ ਬਜ਼ੁਰਗ ਕੇ ਦੋਸਤ ਹੈ। ਕੌਣ? ਇਹ ਕੀ ਨਾਮ? ਸ਼ਾਗਾ ਚਿੰਗਪੁੰਗ ਦੇਹਲ। ਕੀ ਨਾਮ ਜੀ? ਸ਼ਾਗਾ ਚਿੰਗਪੁੰਗ ਦੇਹਲ। ਅੱਛਾ, ਮੈਂ ਤੈਨੂੰ ਸ਼ਾਗਾ ਪਕੜ ਵੀ ਨਾ ਬੁਲਾਵਾ ਤੈਨੂੰ ਯਾਰ, ਨਾ ਉਹ ਸ਼ੇਰ ਸੁਣਾ ਜਿਹੜਾ ਇਹਨਾਂ ਦਾ ਛੱਡ ਦੇ ਤੂੰ, ਉਹ ਪੰਜਾਬੀ ਦਾ ਸੁਣਾ ਹਰਕਤ ਬੁਰੀ ਨਹੀਂ ਕਰੀ ਜਾਂਦੀ। ਜੀ ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਕਿ ਰੰਗਾਂ ਦੀ ਮਜਬੂਰੀ ਰਹਿ ਗਈ ਆਹਾ ਤਾਂ ਤਸਵੀਰ ਅਧੂਰੀ ਰਹਿ ਗਈ ਆਹਾ, ਉਂਝ ਤੇ ਗੱਲਾਂ ਬੜੀਆਂ ਹੋਈਆਂ ਆਹਾ ਫੇਰ ਵੀ ਗੱਲ ਜ਼ਰੂਰੀ ਰਹਿ ਗਈ ਆਹਾ, ਉਂਝ ਤੇ ਗੱਲਾਂ ਆਹਾ ਬੜੀਆਂ ਹੋਈਆਂ ਫੇਰ ਵੀ ਗੱਲ ਜ਼ਰੂਰੀ ਰਹਿ ਗਈ ਤੇ ਇੰਨਾ ਨੇੜੇ ਨੇੜੇ ਹੋ ਕੇ ਖੌਰੇ ਕਾਹਦੀ ਦੂਰੀ ਰਹਿ ਗਈ ਆਹਾ, ਇੰਨਾ ਨੇੜੇ ਹੋ ਕੇ ਖੌਰੇ ਕਾਹਦੀ ਦੂਰੀ ਰਹਿ ਗਈ ਆਹਾ, ਤੇ ਭਾਵੇਂ ਸਾਡਾ ਕੁਝ ਨਹੀਂ ਬਚਿਆ ਉਹਦੀ ਗੱਲ ਤੇ ਪੂਰੀ ਰਹਿ ਗਈ। ਔਰ ਸਾਡੇ ਕੋਲੋਂ ਕਿੰਨੀ ਤੇਰੀ ਹੁਣ ਦੂਰੀ ਰਹਿ ਗਈ, ਤੇਰੀ ਮਿਹਰਬਾਨੀ ਆ, ਉਹ ਉੱਠ ਕੇ ਨਾ ਉਹ ਬਾਹਰ ਜਾ, ਜਿਹੜਾ ਤੂੰ ਤੰਦੂਰ ਲਾਇਆ ਸੀ ਨਾ ਹੁਣ ਤੰਦੂਰੀ ਰਹਿ ਗਈ, ਖੁਦਾ ਦਾ ਨਾਂ ਜੇ
ਇਹ ਸਰ ਉਹ ਜਿੱਥੇ ਵੀ ਹੁੰਦਾ ਨਾ ਤੇ ਉਹ ਫਿਰ ਲੱਭ ਲੈਂਦਾ ਵਾ, ਸ਼ਾਇਰੀ ਸੁੰਘਦਾ ਵਾ, ਉਹ ਮੁਸ਼ਾਇਰੇ ਸੁੰਘਦਾ ਵਾ ਵੀ ਕਿੱਥੇ ਹੋ ਰਿਹਾ। ਅੱਛਾ ਸਰ ਆਖਰ ਦੇ ਵਿੱਚ ਅਸੀਂ ਪਤਾ ਲੱਗਿਆ ਰੀਸੈਂਟਲੀ ਤੁਹਾਡੇ ਵਾਲ ਸਾਹਿਬ ਤੋਂ ਚਲੇ ਗਏ, ਤੇ ਕਿਉਂਕਿ ਇਹ ਦਰਦੇ ਗਮ ਤੇ ਖੈਰ ਐਸੇ ਨੇ ਕਿ ਜਿਹੜੇ ਤਾਂ ਕਿਆਮਤ ਹੀ ਇਨਸਾਨ ਦੇ ਨਾਲ ਨਾਲ ਚੱਲਦੇ ਨੇ, ਤੇ ਸਰ ਪਲੀਜ਼ ਕੁਛ ਐਸਾ ਜਿਹੜਾ ਤੁਸੀਂ ਉਹਨਾਂ ਨੂੰ ਡੈਡੀਕੇਟ ਕਰਨਾ ਚਾਹੋਗੇ ਉਹਨਾਂ ਨੂੰ ਉਹਨਾਂ ਲਈ। ਮੈਂ ਵਾਲਦ ਸਾਹਿਬ ਸਾਲ ਹੋ ਗਿਆ ਇੰਜੀਨੀਅਰ ਚਲੇ ਗਏ, ਮੈਂ ਸਮਝਦਾ ਹਾਂ ਕਿ ਮੇਰੇ ਇਸ ਸ਼ਾਇਰੀ ਕੇ ਸਫ਼ਰ ਨੇ ਉਹਨਾਂ ਦਾ ਅਸੀਂ ਬਹੁਤ ਕੁਛ ਸਿੱਖਿਆ, ਕਿਉਂਕਿ ਬਚਪਨ ਤੋਂ ਡਿਬੇਟਸ, ਮੇਰੇ ਵਾਲਦ ਸਾਹਿਬ ਇੱਕ ਡਿਬੇਟਰ ਸੀਗੇ ਬੜੇ ਮਸ਼ਹੂਰ ਆਪਣੇ ਕਾਲਜ ਲਾਈਫ ਦੇ ਸਕੂਲ ਲਾਈਫ ਦੇ, ਅਤੇ ਡਿਬੇਟਸ ਉਹਨਾਂ ਨੇ ਸਾਨੂੰ ਤਿਆਰ ਕਰਾਈਆਂ ਕਿ ਸ਼ੇਰ ਉਹ ਬਚਪਨ ਦੇ ਵਿੱਚ ਕਿਸ ਤਰ੍ਹਾਂ ਕਹੀਦਾ ਸੀ, ਕਿਸ ਤਰ੍ਹਾਂ ਅਲਫਾਜ਼ ਦੇ ਨਾਲ ਅਦਾਇਗੀ ਜੇ ਉਹ, ਅਤੇ ਬਸ ਮੈਂ ਇੱਕ ਅਨਵਰ ਸਾਹਿਬ ਦਾ ਸ਼ੇਰ ਸੁਣਨਾ ਚਾਹਾਂਗਾ, ਮਦਦ ਕਰਨਾ ਚਾਹੁੰਦਾ ਕਿ ਖਾਕ ਮੇ ਢੂੰਡਤੇ ਹੈ ਸੋਨਾ ਲੋਕ, ਅਰੇ ਖਾਕ ਮੇ ਢੂੰਡਤੇ ਹੈ ਸੋਨਾ ਲੋਕ, ਹਮਨੇ ਸੋਨਾ ਸਪੁਰਦ ਖਾਕ ਕੀਆ। ਅਰੇ ਵਾਹ 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 ਵਾਹ, ਬਹੁਤ ਖੂਬ ਬਹੁਤ। ਅੱਛਾ ਜੀ ਹਾਜ਼ਰੀ ਨੇ ਨਾਜ਼ਰੀ ਨੇ ਇਕਰਾਮ, ਬਹੁਤ ਸ਼ੁਕਰੀਆ ਤੁਹਾਡਾ ਜਿਨ੍ਹਾਂ ਨੇ ਵੇਖਿਆ, ਜਿਨ੍ਹਾਂ ਨੇ ਮਤਲਬ ਥੋੜ੍ਹਾ ਵੇਖਿਆ ਬਹੁਤਾ, ਜੋ ਵੀ ਮਾਮਲਾ ਇਹ ਵਾ ਕਿ ਬਸ ਕੋਸ਼ਿਸ਼ ਹੈ, ਅਤੇ ਕੋਸ਼ਿਸ਼ ਕਹਿੰਦੇ ਨੇ ਨਾ, ਮੈਂ ਅਤੇ ਰੱਬ ਦੀ ਬਾਰਗਾਹ 'ਚ ਕੋਸ਼ਿਸ਼ ਕਰਨਾ ਆਪਣੀ ਹੱਕ ਹਲਾਲ ਕਰਕੇ ਜੀ, ਮਿਹਨਤ ਕਰਕੇ, ਅਤੇ ਉਹ ਜਿਸ ਤਰ੍ਹਾਂ ਵੀ ਤੁਹਾਨੂੰ ਕਬੂਲ ਕਰਨਾ। ਬਾਕੀ ਇਹ ਜੀ ਕਿ ਇਹ ਜਿਹੜਾ ਸ਼ੇਰ ਲਾਸਟ ਜਿਹਨਾਂ ਸੁਣਾਇਆ ਉਹ ਹਰ ਉਸ ਇਨਸਾਨ ਲਈ ਕਿ ਜਿਨ੍ਹਾਂ ਦੇ ਆਪਣੇ ਜਿਹੜੇ ਅਜ਼ੀਜ਼ ਉਹ ਕਾਰਨ ਦੁਨੀਆ ਤੋਂ ਚਲੇ ਗਏ, ਅਤੇ ਬਾਕੀ ਇਹ ਕਿ ਆਪਣਾ ਬਹੁਤ ਸਾਰਾ ਖਿਆਲ ਔਰ ਬਹੁਤ ਸਾਰਾ ਖਿਆਲ ਆਪਣੇ ਵਾਲਦਿਆਂ ਦਾ ਵੀ ਰੱਖਣਾ, ਔਰ ਜਿਨ੍ਹਾਂ ਦੇ ਜੀਂਦੇ ਨੇ ਉਹਨਾਂ ਨੂੰ ਰੱਬ ਪਾਕ ਜੀ ਸਿਹਤ ਤੰਦਰੁਸਤੀ ਅਤਾ ਫਰਮਾਏ, ਔਰ ਜਿਨ੍ਹਾਂ ਦੇ ਦੁਨੀਆਂ ਤੋਂ ਚਲੇ ਗਏ ਅੱਲਾਹ ਗਰੀਕੀ ਰਹਿਮਤ ਕਰੇ, ਅਤੇ ਫਰੀਦ ਸਾਹਿਬ ਜੀ ਨੂੰ ਇਸ ਦੁਆ ਨਾਲ ਇਜਾਜ਼ਤ ਦਿਓ ਕਿ ਇਨਸ਼ਾਅੱਲਾ ਅਸੀਂ ਮਜ਼ੀਦ ਤੁਹਾਡੇ ਲਈ ਕੁਛ ਨਾ ਕੁਛ ਅੱਛਾ ਲਿਆ ਕੇ ਆਈਏ। ਅਹਿਮਦ ਸਈਦ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਅਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਹੁੰਦਾ ਹੈ ਜਨਾਬ। ਪਾਕਿਸਤਾਨ ਜ਼ਿੰਦਾਬਾਦ।